कहिंदे योदा कह के ना सत्कार दो, सिद्धू मूसे वाला दिलां चों वसार दो, ओ जे हाले भी कलेजे थोड़े तपदे ओदे बुत नूं भी जाके गोली मार दो। मैनू तो वीरे ऐम फील होया भी सिद्धू दे हिक च गोली नहीं वजी, ये तां पंजाब दे हिक च वजी है। ਵੱਡੇ ਵੱਡੇ ਕਲਾਕਾਰ ਆਪਣੇ ਨੂੰ ਬਹੁਤ ਅਣਖਾਂ ਦੀਆਂ ਗੱਲਾਂ ਕਰਦੇ ਆ ਨਾ, ਤੁਸੀਂ ਗਾਣਿਆਂ 'ਚ ਲਿਖਦੇ ਹੋ ਜ਼ਮੀਰਾਂ ਅਣਖਾਂ, ਉਹ ਸਿਰਫ ਗਾਣੇ ਹੀ ਆ। ਫੋਰਮੈਲਿਟੀ ਹੀ ਕਰ ਦਿਓ, ਜਸਟਿਸ ਫੋਰ ਸਿੱਧੂ ਮੂਸੇਵਾਲਾ ਤੁਹਾਡੇ ਕੋਲ ਤਾਂ ਹੈਸ਼ਟੈਗ ਹੀ ਨਹੀਂ ਪਿਆ, ਤੁਸੀਂ ਉਹਦੇ ਲਈ ਖੜਨਾ ਤਾਂ ਕੀ ਸੀ? ਤੁਹਾਡੇ ਲਈ ਤੁਹਾਡੇ ਤਾਂ ਕਰੀਅਰ ਹੀ ਉਹਨਾਂ ਨੇ ਬਣਾਏ ਆ। ਲੋਕ ਕਹਿੰਦੇ ਟ੍ਰਿਬਿਊਟ ਟ੍ਰਿਬਿਊਟ ਟ੍ਰਿਬਿਊਟ, ਹੈ ਨਾ, ਮੈਂ ਕੋਈ ਟ੍ਰਿਬਿਊਟ ਨਹੀਂ ਦਿੱਤਾ। ਟ੍ਰਿਬਿਊਟ ਮੈਂ ਸਾਡੀ ਔਕਾਤ ਹੀ ਨਹੀਂ ਆ ਵੀ ਅਸੀਂ ਸਿੱਧੂ ਵਰਗੇ ਬੰਦੇ ਨੂੰ ਕੋਈ ਟ੍ਰਿਬਿਊਟ ਦੇ ਸਕੀਏ। ਜਦੋਂ ਮੇਰੀ ਮੰਮਾ ਦੀ ਗੱਲ ਹੋਈ ਸਿੱਧੂ ਨਾਲ ਪਹਿਲੀ ਵਾਰੀ, ਮੰਮਾ ਕਹਿੰਦੇ ਇੰਨਾ ਚੰਗਾ ਕੋਈ ਹੋ ਸਕਦਾ ਵੀ, ਲਾਈਕ ਫੋਨ ਚੱਕ ਜਲਦੀ ਚੱਕ ਲਿਆ ਉਹਨੇ ਫੋਨ 'ਤੇ, ਜਦੋਂ ਮੰਮਾ ਨੇ ਦੱਸਿਆ ਵੀ ਮੇਰੀ ਬੇਟੀ ਇੱਦਾਂ ਫੇਸ ਕਰ ਰਹੀ ਆ ਵੀ ਤੇਰੀ ਹੈਲਪ ਚਾਹੀਦੀ, ਤੂੰ ਗਾਣਾ ਕਰਨਾ ਇਹਦਾ, ਕਹਿੰਦਾ ਮਾਂ ਡਨ ਹੋ ਗਿਆ, ਜੇ ਮੈਂ ਕਹਿਤਾ ਤਾਂ ਹੋ ਗਿਆ। ਫਿਰ ਉਹਨੇ ਮੈਨੂੰ ਇੰਨੀ ਗੱਲ ਕਹੀ ਵੀ ਤੇਰਾ ਵਾਹ ਜੇ ਚਬਲਾ ਨਾ ਪਿਆ ਨਾ ਇੰਡਸਟਰੀ 'ਚ, ਜੇ ਸਾਰੀ ਇੰਡਸਟਰੀ, ਅਤੇ ਤੂੰ ਮੈਨੂੰ ਨਾ ਉੱਦਾਂ ਦਾ ਸਮਝ, ਮੇਰੀ ਜ਼ਬਾਨ ਦੀ ਮੇਰੇ ਜ਼ਿਲ੍ਹੇ ਤੋਂ ਪਤਾ ਕਰਾ ਲਈ, ਸਾਰੇ ਮਾਨਸੇ ਤੋਂ ਪਤਾ ਕਰਾ ਲਈ ਵੀ ਜੇ ਸਿੱਧੂ ਨੇ ਕਿਸੇ ਚੀਜ਼ ਕਿਸੇ ਬੰਦੇ ਨੂੰ ਜ਼ਬਾਨ ਦਿੱਤੀ, ਸਿੱਧੂ ਕਿੱਦਾਂ ਖੜਦਾ ਆ ਉਹਦੇ ਨਾਲ। ਅਤੇ ਉਹਨੇ ਫਿਰ ਮੈਨੂੰ ਕਿਹਾ ਕਿ ਆਪਣੇ ਮੂੰਹ 'ਤੇ ਥੱਪੜ ਮਾਰ, ਵੀ ਜੇ ਤੇਰੇ ਵਰਗੀ ਗਾਡਰ ਵੋਕਲਿਸਟ ਇੰਨੀ ਗੱਲ ਕਹਿ ਰਹੀ ਹੈ ਨਾ ਵੀ ਮੈਨੂੰ ਆਹ ਬੰਦੇ ਨੇ ਮਿਟਾ ਦਿੱਤਾ ਅਤੇ ਮੈਂ ਖਤਮ ਹੋ ਗਈ, ਅਤੇ ਜੇ ਮੈਂ ਤੈਨੂੰ ਕਹਿ ਰਿਹਾ ਵੀ ਤੇਰੇ ਗਾਣੇ ਸਿੱਧੂ ਮੂਸੇਵਾਲਾ ਅੱਜ ਵੀ ਸੁਣਦਾ ਆ, ਅਤੇ ਇਹਦਾ ਮਤਲਬ ਕਿ ਤੇਰੀ ਵਰਥ ਹੈਗੀ ਆ, ਤੂੰ ਕੁਛ ਹੈਗੀ ਆ ਅਤੇ ਤੂੰ ਦੱਬਣਾ ਨਹੀਂ ਆ। ਜਦੋਂ ਉਹਨੇ ਮੈਨੂੰ ਇਹ ਗੱਲਾਂ ਕੀਤੀਆਂ ਅਤੇ ਮੇਰਾ ਹੌਸਲਾ ਤਾਂ ਇੱਥੋਂ ਇੱਥੇ ਹੋ ਗਿਆ ਜੀ। ਮੈਂ ਤਾਂ ਕਿੱਥੇ ਇੰਡਸਟਰੀ ਛੱਡਣ ਨੂੰ, ਕਿੱਥੇ ਮੈਂ ਮਰਨ ਦੀਆਂ ਗੱਲਾਂ ਕਰਦੀ ਸੀ, ਅਤੇ ਕਿੱਥੇ ਮੈਨੂੰ ਹੋ ਗਿਆ ਨਹੀਂ ਨਹੀਂ ਮੈਂ ਨਹੀਂ ਦੱਬਣਾ, ਮੇਰੇ ਨਾਲ ਤਾਂ ਥੰਮ ਆ, ਵੀ ਮੇਰੇ ਨਾਲ ਤਾਂ ਸਿੱਧੂ ਆ ਹੁਣ। ਹੁਣ ਮੈਨੂੰ ਨਾ ਵੀਰੇ ਜਦੋਂ ਦੀ ਸਿੱਧੂ ਦੀ ਅਸੈਸੀਨੇਸ਼ਨ ਹੋਈ ਆ, ਜੇ ਐਡਾ ਫੇਮ ਕਮਾ ਕੇ ਵੀ ਬੰਦੇ ਦਾ ਆਹ ਹਾਲ ਹੁੰਦਾ ਆ ਤਾਂ ਫਿਰ ਮਤਲਬ ਠੀਕ ਆ ਨਾ, ਫਿਰ ਅਨਪ੍ਰੋਫੈਸ਼ਨਲ ਫਿਰ ਕਹਾਉਣਾ ਠੀਕ ਆ, ਮਨਜ਼ੂਰ ਆ ਮੈਨੂੰ ਅਨਪ੍ਰੋਫੈਸ਼ਨਲ ਕਹਾਉਣਾ, ਵੀ ਉਹ ਭਰਾ ਜਿਨ੍ਹਾਂ 'ਤੇ ਉਹਨੂੰ ਮਾਣ ਸੀ, ਜਿਨ੍ਹਾਂ ਦੇ ਨਾਲ ਇੰਨੀਆਂ ਕੋਲੈਬਰੇਸ਼ਨ, ਦਿਨ ਰਾਤ ਗੱਲਾਂ ਕਰਦਾ ਸੀ, ਆਪਣਾ ਦੁੱਖ ਸੁੱਖ ਫੋਲਦਾ ਸੀ, ਕੋਈ ਕਿਉਂ ਨਹੀਂ ਪਹੁੰਚਿਆ ਉਹਦੇ ਇਨਸਾਫ ਲਈ, ਕੋਈ ਕਿਉਂ ਨਹੀਂ ਬੋਲ ਰਿਹਾ? ਇੱਕ ਬੰਦਾ ਕੁਛ ਕਹਿੰਦਾ ਆ, ਮਿਊਜ਼ਿਕ ਡਾਇਰੈਕਟਰ ਲਿਰਿਸਿਸਟ ਸਾਰਿਆਂ ਦੀ ਲੌਬੀ ਕ੍ਰੀਏਟ ਹੋ ਜਾਂਦੀ ਵੀ ਇਹ ਬੰਦੇ ਨੂੰ ਸੁੱਟਣਾ ਆ ਹੁਣ। ਸੱਚ ਦੀ ਆਵਾਜ਼ ਅਸਾਂ ਦੱਬਣੀ, ਜਿੱਤ ਜਾਂਗੇ ਸ਼ੇਰ ਮਾਰ ਕੇ ਮਾਰ ਕੇ ਮਾਰ ਕੇ, ਹੋ ਦੁੱਗਣੀ ਬੁਲੰਦ ਕਰ ਗਏ ਚੱਲੇ ਹਾਰ ਕੇ, ਮੂਸੇ ਜੱਟ ਨੂੰ ਅਮਰ ਕਰ ਗਏ ਤੁਸੀਂ ਮਾਰ ਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਘਟਨਾ ਹੋਈ, ਪੰਜਾਬ ਦੀ ਜਿਹੜੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ, ਉਸਨੂੰ ਇੱਕ ਅਜਿਹਾ ਧੱਕਾ ਲੱਗਿਆ, ਖਾਸ ਕਰਕੇ ਪੰਜਾਬ ਹੀ ਨਹੀਂ, ਪੰਜਾਬੀ ਨੂੰ ਪਿਆਰ ਕਰਨ ਵਾਲੇ ਜਾਂ ਸੰਗੀਤ ਨੂੰ ਪਿਆਰ ਕਰਨ ਵਾਲੇ ਦੁਨੀਆ ਭਰ ਦੇ ਵਿੱਚ ਵੱਸਦੇ ਲੋਕ, ਜਦੋਂ ਇਹ ਖਬਰ ਸੁਣੀ ਵੀ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਤਾਂ ਬਹੁਤ ਸਾਰੀਆਂ ਗੱਲਾਂ ਮਨ ਦੇ ਵਿੱਚ ਵੀ ਚੱਲੀਆਂ, ਬਹੁਤ ਲੋਕਾਂ ਦੀਆਂ ਅੱਖਾਂ ਨਮ ਵੀ ਹੋਈਆਂ। ਪਰ ਜੇ ਅਸੀਂ 3 ਮਹੀਨਿਆਂ ਬਾਅਦ, 3.5 ਮਹੀਨਿਆਂ ਬਾਅਦ ਦੇਖਦੇ ਹਾਂ ਇਹ ਚੀਜ਼, ਤਾਂ ਬਹੁਤ ਲੋਕ ਬਹੁਤ ਕੁਛ ਸੋਚ ਰਹੇ ਨੇ, ਵਿਚਾਰ ਰਹੇ ਨੇ। ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਕਹਿਣਾ ਗਾ ਵੀ ਕਿਸੇ ਦਾ ਧੀ ਪੁੱਤ ਤਰੱਕੀ ਨਾ ਕਰਿਓ, ਮਾਰੇ ਜਾਊਂਗੇ, ਤੁਸੀਂ ਚੁੱਪਚਾਪ ਬੈਠੋ, ਜਿਵੇਂ ਤੁਹਾਡੀ ਰੋਜ਼ੀ ਰੋਟੀ ਚੱਲਦੀ ਆ ਉਵੇਂ ਚਲਾਓ, ਪਰ ਤਰੱਕੀ ਨਾ ਕਰਿਓ, ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਨਾ ਆਇਓ। ਇਹ ਗੱਲਾਂ ਬਹੁਤ ਕੁਛ ਬਿਆਨ ਕਰਦੀਆਂ ਹੈਗੀਆਂ, ਪਰ ਵੱਡਾ ਸਵਾਲ ਆ ਕੇ ਖੜ੍ਹਾ ਹੋ ਜਾਂਦਾ ਗਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਸਿੱਧੂ ਦੇ ਨਾਲ ਵਿਚਰਦੇ ਸੀ, ਜਾਂ ਉਹ ਭੈਣ ਭਰਾ ਜਿਹੜੇ ਉਸਦੇ ਨਾਲ ਗਾਣੇ ਕਰਦੇ ਸੀ, ਜਾਂ ਉਸਦੇ ਖੇਤਰ ਦੇ ਨਾਲ ਵਾਹ ਵਾਸਤਾ ਰੱਖਦੇ ਨੇ, ਉਹਨਾਂ ਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਗੀਆਂ। ਪਿਛਲੇ ਦਿਨਾਂ ਦੇ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਗਿਆ ਗਾ, ਇਨਸਾਫ ਦੀ ਗੁਹਾਰ ਲਾਈ ਗਈ ਆ, ਅਤੇ ਲੋਕ ਜਿੰਨੇ ਵੀ ਮੂਸੇ ਪਿੰਡ ਆ ਰਹੇ ਨੇ ਉਹ ਸਾਰੇ ਕਹਿੰਦੇ ਨੇ ਵੀ ਸਿੱਧੂ ਨੂੰ ਇਨਸਾਫ ਚਾਹੀਦਾ ਗਾ। ਪਰ ਜੇ ਅਸੀਂ ਕਲਾਕਾਰਾਂ ਦੀ ਗੱਲ ਕਰਦੇ ਹਾਂ, ਗਾਇਕਾਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚੋਂ ਕੁਝ ਹੀ ਨਾਮ ਨੇ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਅਤੇ ਬਹੁਤ ਬੇਬਾਕੀ ਨਾਲ ਬੋਲ ਰਹੇ ਆ, ਅਤੇ ਜਿਨ੍ਹਾਂ ਦੇ ਮਾਂ ਪਿਓ ਨੇ ਉਹਨਾਂ ਨੂੰ ਇਹ ਸਿਖਾਇਆ ਵੀ ਹਮੇਸ਼ਾ ਸੱਚ 'ਤੇ ਰਾਹ ਦੇ ਉੱਤੇ ਚੱਲਣਾ ਗਾ, ਅਤੇ ਸੱਚ ਦੇ ਨਾਲ ਹੀ ਖੜ੍ਹਨਾ ਜ਼ਿੰਦਗੀ ਹੁੰਦਾ ਗਾ, ਝੂਠ ਤਾਂ ਝੂਠ ਹੀ ਹੁੰਦਾ ਗਾ ਅਤੇ ਸੱਚ ਕਦੇ ਮੈਲਾ ਨਹੀਂ ਹੁੰਦਾ। ਉਹਨਾਂ ਵਿੱਚੋਂ ਇੱਕ ਨਾਮ ਆ ਜੈਨੀ ਜੌਹਲ, ਜਿਨ੍ਹਾਂ ਦੇ ਨਾਲ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਸਿੱਧੂ ਦੇ ਆਉਣ ਵਾਲੇ ਸੀ, ਸਾਰੀਆਂ ਗੱਲਾਂ ਜਗ ਜ਼ਾਹਰ ਹੋ ਗਈਆਂ, ਪਰ ਜੈਨੀ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਹੈ ਜਿਹੜੇ ਸਿੱਧੂ ਦੇ ਨਾਲ ਖੜ੍ਹੇ ਨੇ, ਅਤੇ ਇਹਨਾਂ ਦਾ ਇਹ ਵੀ ਕਹਿਣਾ ਵੀ ਮਰਦੇ ਦਮ ਤੱਕ ਉਹ ਉਹਦੇ ਨਾਲ ਖੜ੍ਹੇ ਰਹਿਣਗੇ, ਉਹਨਾਂ ਦੀ ਲਿਖਣੀ, ਉਹਨਾਂ ਦੀ ਗਾਇਕੀ, ਅਤੇ ਜੋ ਉਹਨਾਂ ਦੇ ਨਾਲ ਸੰਬੰਧ ਰੱਖਦੇ ਨੇ ਲੋਕ ਉਹ ਵੀ ਦੱਸਦੇ ਨੇ
ਵੀ ਜੈਨੀ ਦਿਲੋਂ ਖੜੀ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਖੁੱਲੀਆਂ ਗੱਲਾਂ ਬਾਤਾਂ ਹੋਣਗੀਆਂ ਸਿੱਧੂ ਮੂਸੇਵਾਲੇ ਨੂੰ ਲੈ ਕੇ ਜੈਨੀ ਜੌਹਲ ਨੂੰ ਲੈ ਕੇ ਜੈਨੀ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਸੀ ਤੁਸੀਂ ਸੁਣਾਓ ਜੈਨੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਸ਼ੁਰੂਆਤ ਕਰਨੀ ਚਾਹੂੰਗਾ ਹਾਂਜੀ ਲੰਬਾ ਤੁਹਾਡਾ ਕੈਰੀਅਰ ਹੋ ਗਿਆ ਬਹੁਤ ਟਾਈਮ ਪਹਿਲਾਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਏ ਹੋ ਬਹੁਤ ਕੁਝ ਤੁਸੀਂ ਦੇਖਿਆ ਹੋਊਗਾ ਜੀ ਕੀ ਲੱਗਦਾ ਜਿਹੜੀ ਸਿੱਖਿਆ ਮਾਂ ਪਿਓ ਨੇ ਦਿੱਤੀ ਦਾਦਾ ਦਾਦੀ ਨੇ ਨਾਨਾ ਨਾਨੀ ਨੇ ਦਿੱਤੀ ਹੋਊਗੀ ਹਾਂਜੀ ਦੁਨੀਆ ਉਸ ਤੋਂ ਉਲਟਾ ਕਿ ਉਹੋ ਜੀ ਹੈ ਦੇਖੋ ਜੀ ਜਿਵੇਂ ਮੰਮਾ ਪਾਪਾ ਨੇ ਹਮੇਸ਼ਾ ਬਚਪਨ ਤੋਂ ਇਹ ਸਿਖਾਇਆ ਮੇਰੇ ਨਾਨਾ ਜੀ ਨੇ ਹਮੇਸ਼ਾ ਇਹ ਸਿਖਾਇਆ ਕਿ ਸੱਚ 'ਤੇ ਰਹਿਣਾ ਸੱਚ ਦਾ ਸਾਥ ਦੇਣਾ ਹੈ ਨਾ ਸੱਚ ਦੇ ਰਸਤੇ 'ਤੇ ਚੱਲਦਿਆਂ ਔਕੜਾਂ ਬਹੁਤ ਆਉਣਗੀਆਂ ਔਰ ਮੈਂ ਜਦੋਂ ਛੋਟੀ ਸੀ ਮੈਨੂੰ ਨਹੀਂ ਸੀ ਸਮਝ ਲੱਗਦੀ ਵੀ ਇੱਦਾਂ ਕਿਉਂ ਕਹਿੰਦੇ ਆ ਵੀ ਔਕੜਾਂ ਆਉਣਗੀਆਂ ਸੱਚ ਬੋਲਣ ਵਾਲੇ ਨੂੰ ਜਿਵੇਂ ਮੇਰੇ ਨਾਨਾ ਜੀ ਕਹਿੰਦੇ ਸੀ ਵੀ ਮੇਰੇ ਮੰਮਾ ਵੀ ਤੁਹਾਨੂੰ ਦੱਸ ਰਹੇ ਸੀਗੇ ਵੀ ਸਾਨੂੰ ਇੱਕ ਨਾਟਕ ਦੇ ਬਾਰੇ ਸੁਣਾਉਂਦੇ ਹੁੰਦੇ ਸੀ ਜਸਵੰਤ ਸਿੰਘ ਕੰਵਲ ਜੀ ਦਾ ਨਾਟਕ ਸੀ ਸੱਚ ਨੂੰ ਫਾਂਸੀ ਸੋ ਮੈਂ ਜਦੋਂ ਬੱਚੀ ਸੀ ਉਦੋਂ ਮੈਨੂੰ ਇਹ ਚੀਜ਼ਾਂ ਸਮਝ ਨਹੀਂ ਸੀ ਆਉਂਦੀਆਂ ਹੁਣ ਜਦੋਂ ਮੈਂ ਆਪਣੇ ਅੱਖਾਂ ਨਾਲ ਵੇਖੀਆਂ ਆ ਵੀ ਜਿੱਦਾਂ ਸਿੱਧੂ ਕਹਿੰਦੇ ਨਾ ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ਆਪਣੇ ਗਾਣੇ 'ਚ ਉਹਨੇ ਲਿਖਿਆ ਅਤੇ ਮੈਂ ਆਪਣੇ ਅੱਖੀਂ ਤੱਕ ਲਿਆ ਇਹ ਚੀਜ਼ ਵੀ ਸੱਚ ਦਾ ਰਸਤਾ ਵਾਕਈ ਔਖਾ ਔਰ ਸੱਚ ਦੇ ਰਸਤੇ ਚੱਲਣ ਵਾਲਿਆਂ ਨਾਲ ਹਸ਼ਰ ਇੱਦਾਂ ਦਾ ਹੀ ਕੀਤਾ ਜਾਂਦਾ ਸੋ ਇਹ ਚੀਜ਼ ਤਕਲੀਫ ਦਿੰਦੀ ਆ ਉਹ ਕਥਨ ਬਿਲਕੁਲ ਘਰਦਿਆਂ ਦਾ ਸੱਚ ਲੱਗਦਾ ਮੈਨੂੰ ਵੀ ਹਾਂ ਵੀ ਸੱਚ ਨੂੰ ਫਾਂਸੀ ਹੁੰਦੀ ਹੈ ਖਾਸ ਕਰ ਜਿਹੜੀਆਂ ਚੀਜ਼ਾਂ ਤੁਸੀਂ ਹੁਣ ਦੇਖ ਰਹੇ ਹੋ ਦੁਨੀਆ ਦਾ ਇੱਕ ਵੱਡਾ ਸਟਾਰ ਗਿਆ ਗਾ ਬਹੁਤ ਲੋਕ ਉਹਦੇ ਨਾਲ ਕੰਮ ਕਰਦੇ ਸੀਗੇ ਤੁਸੀਂ ਵੀ ਕੰਮ ਕੀਤਾ ਗਾ ਪਰ ਉਹੋ ਜਿਹੀ ਆਵਾਜ਼ ਕਿਉਂ ਨਹੀਂ ਤੁਸੀਂ ਕੀ ਅਨੁਭਵ ਕਰ ਰਹੇ ਹੋ ਵੀ ਕਾਰਨ ਕੀ ਹੋ ਸਕਦਾ ਤੁਸੀਂ ਟਟੋਲਣ ਦੀ ਕੋਸ਼ਿਸ਼ ਕਰਦੇ ਹੋਵੋਗੇ ਬੰਦਾ ਜਦੋਂ ਇਕੱਲਾ ਹੁੰਦਾ ਗਾ ਵੀ ਮੈਂ ਵੀ ਬੋਲ ਹੀ ਰਹੀ ਹਾਂ ਮੈਂ ਕੁੜੀ ਹਾਂ ਮੈਂ ਵੀ ਕਰ ਰਹੀ ਹਾਂ ਸਾਰਾ ਕੁਝ ਦੂਜੇ ਕਿਉਂ ਨਹੀਂ ਇਹ ਚੀਜ਼ ਬਹੁਤ ਮੈਨੂੰ ਤਕਲੀਫ ਦਿੰਦੀ ਆ ਜਦੋਂ ਮੈਂ ਹੁਣ ਮੈਂ ਪਹਿਲਾਂ ਤਾਂ ਮੈਂ ਕੋਈ ਕਿਸੇ ਵੀ ਮੀਡੀਆ 'ਚ ਬਿਲਕੁਲ ਆਈ ਨਹੀਂ ਆਈ ਜੋ ਕੁਛ ਵੀ ਮੈਂ ਵੇਖ ਰਹੀ ਹਾਂ ਇੰਨੇ ਟਾਈਮ ਤੋਂ ਮੈਂ ਕੈਮਰਾਜ਼ ਅਵੋਇਡ ਕੀਤੇ ਆ ਬਿਲਕੁਲ ਕਿਉਂਕਿ ਮੈਂ ਦਿਲੋਂ ਟੁੱਟ ਚੁੱਕੀ ਸੀ ਪੂਰੀ ਤਰ੍ਹਾਂ ਜਦੋਂ ਮੈਨੂੰ ਇਹ ਖਬਰ ਮਿਲਦੀ ਆ ਉਦੋਂ ਹੀ ਮੈਂ ਟੁੱਟ ਚੁੱਕੀ ਸੀ ਵੀ ਐਵੇਂ ਦੇ ਇਨਸਾਨ ਨੂੰ ਕਿ ਜਿਹੜਾ ਹਰੇਕ ਆਰਟਿਸਟ ਨਾਲ ਮੇਰੇ ਨਾਲ ਇਕੱਲੇ ਨਾਲ ਨਹੀਂ ਪਤਾ ਨਹੀਂ ਕਿੰਨੇ ਆਰਟਿਸਟਾਂ ਦਾ ਕਰੀਅਰ ਬਣਾਇਆ ਉਹਨੇ ਔਰ ਕਿੰਨਿਆਂ ਨੂੰ ਜਿਹੜੇ ਬਿਲਕੁਲ ਡਿੱਗ ਚੁੱਕੇ ਸੀ ਉਹਨਾਂ ਨੂੰ ਫਿਰ ਖੜੇ ਕੀਤਾ ਹੈ ਨਾ ਉਹਨਾਂ ਮੈਂ ਸਮਝਦੀ ਵੀ ਮੈਂ ਇਸ ਚੀਜ਼ ਲਈ ਰਿਣੀ ਹਾਂ ਉਹਦੀ ਸਾਰੀ ਜ਼ਿੰਦਗੀ ਰਹੂੰਗੀ ਹੈ ਨਾ ਤਾਂ ਮੈਂ ਉਹਦੇ ਨਾਲ ਖੜੀ ਹਾਂ ਇੱਕ ਇਨਸਾਨੀਅਤ ਦੇ ਨਾਤੇ ਵੀ ਖੜੀ ਹਾਂ ਪਰ ਜਿਹੜੇ ਜਿਨ੍ਹਾਂ ਨੂੰ ਆਪਣਾ ਭਰਾ ਕਹਿੰਦਾ ਸੀ ਜਿਹੜੇ ਮੂੰਹੋਂ ਬੋਲਦੇ ਸੀ ਵੀ ਅਸੀਂ ਤੇ ਸਾਡੀ ਦੋਸਤੀ ਇੰਨੀ ਪੱਕੀ ਆ ਵੀ ਜਦੋਂ ਈਵਨ ਉਹ ਗੁਜ਼ਰ ਗਿਆ ਉਦੋਂ ਵੀ ਲੋਕਾਂ ਨੇ ਕਿਹਾ ਵੀ ਸਾਡੀ ਦੋਸਤੀ ਇੰਨੀ ਪੱਕੀ ਸਾਡੀ ਯਾਰੀ ਹੁਣ ਪਤਾ ਲੱਗੂਗੀ ਲੋਕਾਂ ਨੂੰ ਹੈ ਨਾ ਵੀ ਉਹ ਭਰਾ ਜਿਨ੍ਹਾਂ 'ਤੇ ਉਹਨੂੰ ਮਾਣ ਸੀ ਜਿਨ੍ਹਾਂ ਦੇ ਨਾਲ ਇੰਨੀਆਂ ਕੋਲੈਬਰੇਸ਼ਨ ਦਿਨ ਰਾਤ ਗੱਲਾਂ ਕਰਦਾ ਸੀ ਆਪਣਾ ਦੁੱਖ ਸੁੱਖ ਫੋਲਦਾ ਸੀ ਕੋਈ ਕਿਉਂ ਨਹੀਂ ਪਹੁੰਚਿਆ ਉਹਦੇ ਇਨਸਾਫ ਲਈ ਕੋਈ ਕਿਉਂ ਨਹੀਂ ਬੋਲ ਰਿਹਾ ਸੋ ਜਦੋਂ ਮੈਂ ਕੈਂਡਲ ਮਾਰਚ ਵਿੱਚ ਗਈ ਉਦੋਂ ਮੈਂ ਦੇਖਿਆ ਸੀ ਸਿਰਫ 3 ਕੁੜੀਆਂ ਸੀ ਮੈਂ ਸੋਨੀਆ ਮਾਨ ਅਤੇ ਰੁਪਿੰਦਰ ਹਾਂਡਾ ਨਾ ਅਤੇ ਮੈਨੂੰ ਉਦੋਂ ਉਹ ਚੀਜ਼ ਨੇ ਬਹੁਤ ਮੈਨੂੰ ਤਕਲੀਫ ਦਿੱਤੀ ਫਿਰ ਮੈਂ ਡਿਸਾਈਡ ਕੀਤਾ ਕਿ ਨਹੀਂ ਮੈਂ ਹੁਣ ਬੋਲੂੰਗੀ ਇਸ ਚੀਜ਼ ਲਈ ਮੈਂ ਤਾਂ ਆਪਣੇ ਗਾਣੇ 'ਚ ਵੀ ਬਲਕਿ ਲੋਕ ਕਹਿੰਦੇ ਟ੍ਰਿਬਿਊਟ 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 ਹੈ ਨਾ ਮੈਂ ਕੋਈ ਟ੍ਰਿਬਿਊਟ ਨਹੀਂ ਦਿੱਤਾ ਟ੍ਰਿਬਿਊਟ ਮੈਂ ਸਾਡੀ ਔਕਾਤ ਹੀ ਨਹੀਂ ਆ ਵੀ ਅਸੀਂ ਸਿੱਧੂ ਵਰਗੇ ਬੰਦੇ ਨੂੰ ਕੋਈ ਟ੍ਰਿਬਿਊਟ ਦੇ ਸਕੀਏ ਮੈਂ ਸਿਰਫ ਸੱਚ ਬਿਆਨ ਕੀਤਾ ਜੋ ਮੈਂ ਇੰਨੇ ਦਿਨਾਂ ਤੋਂ ਦੇਖ ਰਹੀ ਹਾਂ ਇੰਨੇ ਮਹੀਨੇ 3 ਮਹੀਨੇ ਹੋ ਗਏ ਨੇ ਬਾਈ ਮੈਨੂੰ ਸੱਚੀ ਇੰਨਾ ਮੈਨੂੰ ਉਮੀਦ ਨਹੀਂ ਸੀ ਵੀ ਕਿ ਪਹਿਲਾਂ ਤਾਂ ਮੈਨੂੰ ਇਹ ਉਮੀਦ ਨਹੀਂ ਸੀ ਵੀ ਸਿੱਧੂ ਮੂਸੇਵਾਲੇ ਵਰਗੇ ਬੰਦੇ 'ਤੇ ਕੋਈ ਰੱਬ ਰੂਪ ਰੂਹ 'ਤੇ ਕੋਈ ਇੱਦਾਂ ਕਰ ਸਕਦਾ ਹੈ ਨਾ ਅਸੈਸੀਨੇਸ਼ਨ ਹੋ ਸਕਦਾ ਫਿਰ ਜੇ ਹੋਇਆ ਤਾਂ ਜਿੰਨਾ 'ਤੇ ਉਹਨੂੰ ਮਾਣ ਸੀ ਉਹਨਾਂ ਨੇ ਉਹਦਾ ਮਾਣ ਤੋੜਤਾ ਕੋਈ ਵੀ ਨਹੀਂ ਖੜਿਆ ਮਾਤਾ ਪਿਤਾ ਦਾ ਵੀ ਮਾਣ ਟੁੱਟ ਰਿਹਾ ਬਿਲਕੁਲ ਹੁੰਦਾ ਉਹਨਾਂ ਨੂੰ ਜੇ ਮੈਨੂੰ ਤਕਲੀਫ ਹੋ ਰਹੀ ਆ ਨਾ ਵੀ ਤੇ ਜਿਹੜਾ ਉਹ ਜਿਨ੍ਹਾਂ ਨੇ ਤੇ ਓਬਵੀਅਸਲੀ ਢਿੱਡੋਂ ਜੰਮਿਆ ਉਹਨਾਂ ਨੂੰ ਕਿੱਦਾਂ ਨਹੀਂ ਤਕਲੀਫ ਹੁੰਦੀ ਹੋਊਗੀ ਤੁਸੀਂ ਉਹਨਾਂ ਨਾਲ ਇਸ ਟੌਪਿਕ ਦੇ ਉੱਤੇ ਕੋਈ ਗੱਲਬਾਤ ਜਾਂ ਕੁਝ ਤੁਸੀਂ ਜੇ ਸ਼ੇਅਰ ਕਰਨੀ ਚਾਹੁੰਦੇ ਜੇ ਨਹੀਂ ਕਰਨੀ ਤਾਂ ਵੀ ਠੀਕ ਹੈ ਹਾਂ ਜਦੋਂ ਮੈਂ ਗਈ ਵਾਹਵਾ ਗੱਲਾਂ ਬਾਤਾਂ ਅੰਕਲ ਆਂਟੀ ਕਰਦੇ ਉਹਨਾਂ ਦੇ ਮਨ 'ਚ ਤਕਲੀਫ ਹੈਗੀ ਆ ਇਸ ਚੀਜ਼ ਨੂੰ ਲੈ ਕੇ ਕਿ ਕੋਈ ਬੋਲਦਾ ਨਹੀਂ ਕੋਈ ਸੱਚ ਨਹੀਂ ਬੋਲਦਾ ਪਰ ਬਸ ਉਹੀ ਗੱਲ ਆ ਕਿ ਉਹ ਅੰਦਰ ਹੀ ਵਿਚਾਰੇ ਰੱਖੀ ਬੈਠੇ ਨੇ ਹੈ ਨਾ ਵੀ ਜੋ ਉਹਨਾਂ ਦਾ ਦਰਦ ਆ ਸੀ ਲੋਕ ਇਮੈਜਿਨ ਵੀ ਨਹੀਂ ਕਰ ਸਕਦੇ ਜੋ ਜੋ ਉਹ ਚੀਜ਼ ਮਹਿਸੂਸ ਕਰ ਰਹੇ ਆ ਹਾਲਾਂਕਿ ਤੁਸੀਂ ਸਿੱਧੂ ਮੂਸੇਵਾਲੇ ਨਾਲੋਂ ਪਹਿਲਾਂ ਦੇ ਇਸ ਇੰਡਸਟਰੀ ਦੇ ਵਿੱਚ ਆ ਤੁਸੀਂ ਮੋਹਾਲੀ ਜਾਂ ਚੰਡੀਗੜ੍ਹ ਉਹ ਸ਼ਹਿਰ ਜਿੱਥੇ ਜ਼ਿਆਦਾ ਕਲਾਕਾਰ ਲੋਕ ਨੇ ਜਾਂ ਜਿਵੇਂ ਕਿਹਾ ਜਾਂਦਾ ਵੀ ਪਹਿਲਾਂ ਲੁਧਿਆਣੇ ਮਿਊਜ਼ਿਕ ਇੰਡਸਟਰੀ ਹੁੰਦੀ ਸੀ ਫਿਰ ਸ਼ਿਫਟ ਹੋ ਕੇ ਹੁਣ ਮੋਹਾਲੀ ਚਲੀ ਗਈ ਜੀ ਤੁਹਾਨੂੰ ਲੱਗਦਾ ਵੀ ਉਹ ਸ਼ਹਿਰ ਦੇ ਵਿੱਚ ਜਾਂ ਉੱਥੇ ਕੁਝ ਅਜਿਹੀ ਚੀਜ਼ ਆ ਵੀ ਜਿਹੜੀ ਨਹੀਂ ਸਾਡੇ ਵਰਗੇ ਲੋਕਾਂ ਲਈ ਜਾਂ ਜਿਹੜੀ ਨਹੀਂ ਸਿੱਧੂ ਲਈ ਬਣੀ ਸੀ ਮੈਨੂੰ ਪਰਸਨਲੀ ਵੀ ਨਾ ਜਿੱਦਾਂ ਉਹਨੇ ਲਿਖਿਆ ਆਪਣੇ ਗਾਣਿਆਂ 'ਚ ਵੀ ਗੋ ਟੂ ਹੈਲ ਮੈਂ ਇੰਡਸਟਰੀ ਦਾ ਬੰਦਾ ਨਹੀਂ ਮੈਂ ਬਹੁਤ ਹੱਦ ਤੱਕ ਮੇਰਾ ਦਿਲ ਇੱਦਾਂ ਉਹਦੇ ਨਾਲ ਸਹਿਮਤ ਆ ਇਸ ਗੱਲ ਤੋਂ ਮੈਂ ਤਾਂ ਖੁਦ ਇੱਦਾਂ ਦੀ ਹਾਂ ਮੈਂ ਕੰਮ ਕਰਨ ਜਾਂਦੀ ਹਾਂ ਮੋਹਾਲੀ ਮੇਰਾ ਜੀ ਨਹੀਂ ਲੱਗਦਾ ਵੀਰੇ ਉੱਥੇ ਮੈਂ ਸਿਰਫ ਕੰਮ ਕਰਕੇ ਆਪਣੇ ਪਰਿਵਾਰ 'ਚ ਇੱਥੇ ਜਲੰਧਰ ਰਹਿ ਰਹੀ ਹਾਂ ਵੀ ਜਿੱਥੇ ਮੈਂ ਜੰਮੀ ਪਲੀ ਹਾਂ ਜਿੱਥੇ ਮੈਨੂੰ ਪਰਵਰਿਸ਼ ਹੋਈ ਆ ਸਾਰਾ ਕੁਛ ਮੇਰਾ ਦਿਲ ਨਹੀਂ ਲੱਗਦਾ ਕਿਉਂਕਿ ਵਿਚਾਰਧਾਰਾ ਜਦੋਂ ਤੁਹਾਡੀ ਨਹੀਂ ਮਿਲਦੀ ਕਿਸੇ ਨਾਲ ਜਦੋਂ ਤੁਹਾਡੀਆਂ ਵਾਈਬਸ ਨਹੀਂ ਮਿਲਦੀਆਂ ਤਾਂ ਤੁਹਾਡਾ ਰਹਿਣ ਨਹੀਂ ਰਹਿਣ ਨੂੰ ਜੀ ਨਹੀਂ ਕਰਦਾ ਉਹੋ ਜਿਹੀ ਜਗ੍ਹਾ 'ਤੇ
ਤੇ ਇੰਡਸਟਰੀ ਸਪੈਸ਼ਲੀ ਮੈਂ ਜਦੋਂ ਮੈਂ ਹੁਣ ਨਾ ਕੱਲ੍ਹ ਵੀ ਕਿਸੇ ਨਾਲ ਗੱਲ ਕਰ ਰਹੀ ਸੀ, ਮੇਰੇ ਕੋਈ ਕਜ਼ਨ ਦਾ ਵਿਆਹ ਆ ਤੇ ਉੱਥੇ ਵੀ ਮੈਂ ਵੀਰੇ ਨੂੰ ਕਹਿ ਰਹੀ ਸੀ, ਮੈਂ ਕਿਹਾ ਵੀਰੇ ਮੈਨੂੰ ਨਾ ਕਈ ਵਾਰੀ ਇੱਦਾਂ ਮਹਿਸੂਸ ਹੁੰਦਾ ਮੈਂ ਨਾ ਬਹੁਤ ਗਲਤੀ ਕੀਤੀ ਵੀ ਇਹ ਇੰਡਸਟਰੀ ਛੋੜ ਕੇ, ਵੀ ਜਦੋਂ ਮੈਂ ਇੱਥੇ ਲੋਕਾਂ ਦੇ ਹਾਲਾਤ ਵੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀ ਇੰਡਸਟਰੀ ਇੰਨੀ ਗੰਦੀ ਆ, ਵੀ ਇੱਥੇ ਦੇ ਕੀ ਅਸਲੀਅਤ ਆ, ਵੀ ਮੈਂ ਕਿਉਂ ਕੀਤਾ ਹੈ ਨਾ, ਮੈਂ ਕਿਉਂ ਜੁਆਇਨ ਕੀਤੀ। ਉਹਨਾਂ ਨੇ ਮੈਨੂੰ ਸਮਝਾਇਆ ਕਿ ਕੋਈ ਗੱਲ ਨਹੀਂ, ਇੱਕ ਇਗਜ਼ਾਮਪਲ ਸੈੱਟ ਕਰਨ ਲਈ ਤੁਹਾਨੂੰ, ਵੀ ਕਈ ਵਾਰੀ ਜਿਹੜਾ ਕਮਲ ਦਾ ਫੁੱਲ ਉਹ ਵੀ ਤਾਂ ਚਿੱਕੜ 'ਚ ਖਿਲਦਾ, ਵੀ ਇਹ ਤਾਂ ਤੁਹਾਨੂੰ ਸਾਰਾ ਕੁਛ ਤੁਹਾਨੂੰ ਇਗਜ਼ਾਮਪਲ ਸੈੱਟ ਕਰਨ ਲਈ ਮਾੜੇ ਜਗ੍ਹਾ 'ਤੇ ਰਹਿ ਕੇ ਵੀ ਤੁਹਾਨੂੰ ਕੁਛ ਕਰਨਾ ਪੈਂਦਾ ਆ ਚੰਗਾ, ਹੈ ਨਾ। ਸੋ ਮੈਂ ਉਹ ਚੀਜ਼ ਮਹਿਸੂਸ ਕੀਤੀ। ਔਰ ਸਿੱਧੂ ਵੀ ਮੇਰੇ ਨਾਲ ਜਦੋਂ ਅਸੀਂ ਸਟੂਡੀਓ ਵੀ ਲਾਸਟ ਵਾਰੀ ਮਿਲੇ ਹਾਂ, ਲਾਸਟ ਜਿਹੜੀ ਸਾਡੀ ਮੁਲਾਕਾਤ ਸੀ, ਉੱਥੇ ਵੀ ਮੈਨੂੰ ਹੱਸਦਾ ਸੀ ਵੀ ਤੂੰ ਵੀ ਮੇਰੇ ਵਰਗੀ ਆ, ਵੀ ਮੈਂ ਪਿੰਡ 'ਚੋਂ ਨਿਕਲ ਕੇ ਰਾਜ਼ੀ ਨਹੀਂ, ਤਾਂ ਤੂੰ ਵੀ ਕਹਿੰਦੀ ਵੀ ਮੈਂ ਜਲੰਧਰੋਂ ਨਿਕਲ ਕੇ ਰਾਜ਼ੀ ਨਹੀਂ, ਵੀ ਕਿਉਂ, ਮਤਲਬ ਮੈਂ ਕਹਿੰਦੀ ਸੀ ਵੀ ਤੈਨੂੰ ਪਤਾ ਹੀ ਆ ਵੀ ਲੋਕ ਇੱਥੇ ਕਿੱਦਾਂ ਦੇ ਆ ਇੰਡਸਟਰੀ 'ਚ, ਕੋਈ ਦਿਲੋਂ ਤੁਹਾਡੇ ਨਾਲ ਨਹੀਂ ਹੈਗਾ ਨਾ, ਤੁਹਾਨੂੰ ਸੁੱਟਣ ਲਈ ਲੋਕ ਖੜੇ ਹੋਣਗੇ। ਤੁਹਾਡੇ ਨਾਲ ਤੁਹਾਡਾ ਐਡਾ ਲੰਬਾ ਕੈਰੀਅਰ ਹੈ ਜਿਹੜਾ, ਤੁਹਾਡੇ ਨਾਲ ਕੋਈ ਕੋਈ ਘਟਨਾ ਕੋਈ ਜਾਂ ਕੋਈ ਵਾਕਿਆ ਜਾਂ ਕੁਛ ਹੋਇਆ ਵੀ ਦਬਾਉਣ ਦੀ ਕੋਸ਼ਿਸ਼? ਬਹੁਤ 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 ਹਜੇ ਤੱਕ ਹੋ ਰਿਹਾ ਵੀ ਮੈਂ ਜੋ ਮੈਂ ਚੀਜ਼ ਹੰਡਾਈ ਹੈ ਇਹ ਚੀਜ਼, ਅਤੇ ਇੱਕ ਨਾ ਲੋਬੀ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਜਦੋਂ ਤੁਹਾਨੂੰ ਜਦੋਂ ਲੋਕਾਂ ਨੂੰ ਦੇਖਦਾ ਕਿ ਇਹ ਬੰਦੇ 'ਚ ਕੁਛ ਵੱਖਰਾ ਆ ਇਹਨੇ। ਜਦੋਂ ਮੈਂ ਇੰਡਸਟਰੀ 'ਚ ਆਈ ਸੀਗੀ ਨਾ ਨਵਾਂ, ਮੇਰਾ ਪਹਿਲਾ ਗਾਣਾ ਹੀ, ਉਦੋਂ ਸਾਰੇ ਕਹਿਣ ਲੱਗ ਗਏ ਸੀ ਵੀ ਟ੍ਰੈਂਡ ਸੈੱਟ ਕੀਤਾ ਇਹਨੇ, ਜਿੱਦਾਂ ਇੱਕ ਪਰਫੋਰਮਰ ਆ ਵਧੀਆ, ਇੱਕ ਸਿੰਗਰ ਆ, ਇਹਦੀ ਸਟੇਜ ਬਹੁਤ ਵਧੀਆ ਆ ਕੁਛ, ਹੈ ਨਾ। ਸੋ ਉਦੋਂ ਤੋਂ ਲੈ ਕੇ ਕੋਸ਼ਿਸ਼ਾਂ ਹੁੰਦੀਆਂ ਆਈਆਂ ਵੀ ਸਾਰੇ ਪ੍ਰੋਡਿਊਸਰ ਰਲ ਜਾਂਦੇ ਨੇ, ਸਾਰੇ ਵੀ ਇੱਕ ਬੰਦਾ ਕੁਛ ਕਹਿੰਦਾ ਆ, ਮਿਊਜ਼ਿਕ ਡਾਇਰੈਕਟਰ ਲਿਰਿਸਿਸਟ ਸਾਰਿਆਂ ਦੀ ਲੋਬੀ ਕ੍ਰੀਏਟ ਹੋ ਜਾਂਦੀ ਵੀ ਇਹ ਬੰਦੇ ਨੂੰ ਸੁੱਟਣਾ ਆ ਹੁਣ, ਵੀ ਉਹ ਚੀਜ਼ਾਂ ਮੈਂ ਫੇਸ ਕੀਤੀਆਂ। ਔਰ ਜਿੰਨਾ ਕੁਛ ਮੈਂ ਹੰਢਾ ਰਹੀ ਸੀ ਆਪਣੇ ਉੱਤੇ, ਮੈਂ ਕੁਛ ਸਾਲ ਡੇਢ ਸਾਲ ਬਹੁਤ ਡਿਪਰੈਸ਼ਨ 'ਚ ਚਲ ਗਈ ਸੀ, ਹੈ ਨਾ। ਜਿੰਨਾ ਟਾਈਮਾਂ 'ਚ ਮੈਨੂੰ ਸਿੱਧੂ ਬਾਰੇ ਪਤਾ ਲੱਗਾ, ਲਾਈਕ 2017 'ਚ ਸਿੱਧੂ ਦਾ ਆਉਂਦਾ ਆ ਇੰਡਸਟਰੀ 'ਚ, ਅਤੇ ਉਦੋਂ ਮੈਂ ਉਹਨੂੰ ਪਰਸਨਲੀ ਬਿਲਕੁਲ ਨਹੀਂ ਸੀ ਜਾਣਦੀ, ਅਤੇ ਮੈਂ 2017 ਤੋਂ ਮਤਲਬ ਬਹੁਤ ਕੁਛ ਫੇਸ ਕਰਨਾ ਸ਼ੁਰੂ ਕੀਤਾ ਆਪਣੀ ਲਾਈਫ 'ਚ। 2020 'ਚ ਮੈਨੂੰ ਜਿੱਦਾਂ ਜ਼ਿਆਦਾ ਦੁਖੀ ਸੀ, ਕਿਸੇ ਨਾਲ ਅਸੀਂ ਗੱਲ ਕੀਤੀ ਅਤੇ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਵੀ ਤੁਸੀਂ ਜਿੱਦਾਂ ਹੁਣ ਆਪਣੇ ਕੋਈ ਚੰਗੇ ਬੰਦੇ ਵੀ ਹੈਗੇ ਇੰਡਸਟਰੀ 'ਚ, ਉਹਨਾਂ ਨੇ ਕਿਹਾ ਵੀ ਸਿੱਧੂ ਨੂੰ ਕਿਉਂ ਨਹੀਂ ਮਿਲਦੇ ਇੱਕ ਵਾਰੀ, ਤੁਸੀਂ ਉਹਦੇ ਨਾਲ ਡਿਸਕਸ ਕਰੋ, ਵੀ ਉਹਨੂੰ ਆਪਣੀ ਪ੍ਰੋਬਲਮ ਦੱਸੋ, ਉਹ ਤਾਂ ਸਾਰਿਆਂ ਨਾਲ ਖੜਦਾ ਆ ਵੀ ਤੁਹਾਡੇ ਨਾਲ ਵੀ ਖੜੂਗਾ, ਹੈ ਨਾ। ਮੰਮਾ ਨੇ ਕਿਤੋਂ ਨੰਬਰ ਅਰੇਂਜ ਕੀਤਾ ਅੰਕਲ ਦਾ, ਗੱਲ ਹੋਈ ਮੇਰੀ, ਜਦੋਂ ਮੇਰੀ ਮੰਮਾ ਦੀ ਗੱਲ ਹੋਈ ਸਿੱਧੂ ਨਾਲ ਪਹਿਲੀ ਵਾਰੀ, ਮੰਮਾ ਕਹਿੰਦੇ ਇੰਨਾ ਚੰਗਾ ਕੋਈ ਹੋ ਸਕਦਾ, ਵੀ ਲਾਈਕ ਫੋਨ ਚੱਕ ਜਲਦੀ ਚੱਕ ਲਿਆ ਉਹਨੇ ਫੋਨ 'ਤੇ, ਜਦੋਂ ਮੰਮਾ ਨੇ ਦੱਸਿਆ ਵੀ ਮੇਰੀ ਬੇਟੀ ਇੱਦਾਂ ਫੇਸ ਕਰ ਰਹੀ ਆ, ਵੀ ਤੇਰੀ ਹੈਲਪ ਚਾਹੀਦੀ, ਤੂੰ ਗਾਣਾ ਕਰਨਾ ਇਹਦਾ, ਕਹਿੰਦਾ ਮਾਂ ਡਨ ਹੋ ਗਿਆ, ਜੇ ਮੈਂ ਕਹਿਤਾ ਤਾਂ ਹੋ ਗਿਆ। ਅਤੇ ਨਾਲ ਹੀ ਸਿੱਧੂ ਨੇ ਮੈਨੂੰ ਲਾਈਕ ਥੋੜ੍ਹੇ ਟਾਈਮ ਬਾਅਦ ਹੀ ਮੈਨੂੰ ਸਨੈਪਚੈਟ 'ਤੇ ਜਿੱਦਾਂ ਐਡ ਕੀਤਾ, ਮੇਰੇ ਨਾਲ ਗੱਲ ਹੋਈ ਉਹਦੀ, ਮੈਨੂੰ ਕਹਿੰਦਾ ਮੈਮ ਫਿਕਰ ਨਾ ਕਰੋ, ਵੀ ਮੈਂ ਕਿਹਾ ਨਾ ਕਿ ਸਿੱਧੂ ਮਤਲਬ ਮੈਨੂੰ ਸੁੱਟਣ ਲਈ ਬਹੁਤ ਕੁਛ ਹੋ ਰਿਹਾ, ਅਤੇ ਮੈਂ ਮਤਲਬ ਲਿਟਰਲੀ ਮੈਂ ਇਸ ਵੇਲੇ ਸੁਸਾਈਡਲ ਥੋਟਸ ਨੇ ਮੇਰੇ ਮਾਇੰਡ 'ਚ, ਵੀ ਮੈਂ ਉਹ ਉਸ ਹਾਲਤ 'ਤੇ ਪਹੁੰਚ ਚੁੱਕੀ ਹਾਂ ਵੀ ਜਦੋਂ ਤੁਸੀਂ ਇੰਨਾ ਕੁਛ ਫੇਸ ਕਰਦੇ ਹੋ ਨਾ ਕਿ ਕਿਸੇ ਮੁਕਾਮ 'ਤੇ ਆ ਕੇ ਤੁਹਾਡਾ ਹੌਸਲਾ ਟੁੱਟਣ ਲੱਗਦਾ ਵੀਰੇ, ਵੀ ਓਬਵੀਅਸਲੀ ਤੁਸੀਂ ਕਿੰਨਾ ਚਿਰ ਸਟਰੋਂਗ ਰਹਿ ਸਕਦੇ ਹੋ ਨਾ। ਬਹੁਤ ਮੈਂ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ ਆ ਕੁਛ ਵੀ, ਅਤੇ ਉਹਨੇ ਫਿਰ ਮੈਨੂੰ ਕਿਹਾ ਕਿ ਆਪਣੇ ਮੂੰਹ 'ਤੇ ਥੱਪੜ ਮਾਰ, ਵੀ ਜੇ ਤੇਰੇ ਵਰਗੀ ਗਾਡਰ ਵੋਕਲਿਸਟ ਇੰਨੀ ਗੱਲ ਕਹਿ ਰਹੀ ਹੈ ਨਾ ਵੀ ਮੈਨੂੰ ਆਹ ਬੰਦੇ ਨੇ ਮਿਟਾਤਾ ਅਤੇ ਮੈਂ ਖਤਮ ਹੋ ਗਈ, ਪਹਿਲੀ ਗੱਲ ਸੋਚ ਲਾ ਵੀ ਤੈਨੂੰ ਨਾ ਕੋਈ ਖਤਮ ਕਰ ਸਕਦਾ ਅਤੇ ਨਾ ਕੋਈ ਬਣਾ ਸਕਦਾ, ਬਣਾਉਣ ਵਾਲਾ ਵੀ ਪਰਮਾਤਮਾ, ਖਤਮ ਕਰਨ ਵਾਲਾ ਵੀ ਪਰਮਾਤਮਾ। ਅਤੇ ਜੇ ਮੈਂ ਤੈਨੂੰ ਕਹਿ ਰਿਹਾ ਵੀ ਤੇਰੇ ਗਾਣੇ ਸਿੱਧੂ ਮੂਸੇਵਾਲਾ ਅੱਜ ਵੀ ਸੁਣਦਾ ਆ, ਅਤੇ ਇਹਦਾ ਮਤਲਬ ਕਿ ਤੇਰੀ ਵਰਥ ਹੈਗੀ ਆ, ਤੂੰ ਕੁਛ ਹੈਗੀ ਆ ਅਤੇ ਤੂੰ ਦੱਬਣਾ ਨਹੀਂ ਆ, ਅਤੇ ਤੈਨੂੰ ਜੇ ਮੈਂ ਜ਼ਬਾਨ ਦੇ ਰਿਹਾ ਵੀ ਕਿ ਮੈਂ ਗਾਣਾ ਕਰੂੰਗਾ ਅਤੇ ਮੈਂ ਕਰੂੰਗਾ, ਮੈਂ ਕਿਹਾ ਮੈਨੂੰ ਸਾਰੇ ਲਾਰੇ ਲਾਉਂਦੇ ਆ ਇੰਡਸਟਰੀ 'ਚ, ਵੀ ਮੇਰੇ ਨਾਲ ਕੀ ਹੁੰਦਾ ਕਿ ਵੱਡੇ ਵੱਡੇ ਕਲਾਕਾਰ ਆਪਣੇ ਨੂੰ ਬਹੁਤ ਅਣਖਾਂ ਦੀਆਂ ਗੱਲਾਂ ਕਰਦੇ ਆ ਨਾ, ਤੁਸੀਂ ਗਾਣਿਆਂ 'ਚ ਲਿਖਦੇ ਹੋ ਜ਼ਮੀਰਾਂ ਅਣਖਾਂ, ਉਹ ਸਿਰਫ ਗਾਣੇ ਹੀ ਆ, ਤੁਸੀਂ ਕਰਦੇ ਕੀ ਹੋ ਵੀ ਤੁਸੀਂ ਆਰਟਿਸਟ ਨੂੰ ਕਹਿੰਦੇ, ਵਧੀਆ ਆਰਟਿਸਟ ਨੂੰ ਜਿਹਨੂੰ ਤੁਸੀਂ ਸਮਝਦੇ ਕੀ ਹੋ ਵੀ ਹਾਂ ਇੱਕ ਆਰਟਿਸਟ, ਜਦੋਂ ਚਾਰ ਬੰਦੇ ਇੰਡਸਟਰੀ 'ਚ ਬਹਿੰਦੇ ਆ ਨਾ ਵੀਰੇ, ਮੈਂ ਇਸ ਚੀਜ਼ ਦੀ ਮੈਨੂੰ ਖੁਸ਼ੀ ਆ ਵੀ ਗੱਲ ਹੁੰਦੀ ਆ ਵੀ ਜੇ ਕੋਈ ਵੋਕਲਿਸਟ ਹੈਗੀ ਆ ਤਾਂ ਜੈਨੀ ਹੈਗੀ ਆ ਵਧੀਆ, ਹੈ ਨਾ, ਉਸ ਚੀਜ਼ ਦਾ ਮੈਨੂੰ ਮਾਣ। ਅਤੇ ਫਿਰ ਵੀ ਤੁਸੀਂ ਸਾਰੇ, ਤੁਹਾਨੂੰ ਪਤਾ ਆ ਕਿ ਇਹਦੇ 'ਚ ਕਿੰਨੀ ਵਰਥ ਆ, ਫਿਰ ਵੀ ਤੁਸੀਂ ਐਡੀਆਂ ਚਾਲਬਾਜ਼ੀਆਂ ਖੇਡਦੇ ਹੋ ਵੀ ਕਿੰਨੇ ਗਾਣੇ ਜਿਹੜੇ ਮੈਂ ਡੱਬ ਕੀਤੇ ਹੋਣਗੇ ਅਤੇ ਮੇਰੇ ਤੋਂ ਬਾਅਦ ਕਿਸੇ ਹੋਰ ਆਰਟਿਸਟ ਤੋਂ ਗਵਾਲੇ ਜਾਂਦੇ ਨੇ, ਵੱਡੇ ਵੱਡੇ ਅਣਖਾਂ ਦੀਆਂ ਗੱਲਾਂ ਕਰਨ ਵਾਲੇ ਰਾਈਟਰ, ਹੈ ਨਾ, ਵੱਡੇ ਵੱਡੇ ਸਿੰਗਰ ਇਹ ਕੁਛ ਕਰਦੇ। ਮੈਂ ਉਹਨੂੰ ਦੱਸਿਆ, ਹੈ ਨਾ, ਸਾਰਾ ਕੁਛ ਵੀ ਮੇਰੇ ਨਾਲ ਇੱਦਾਂ ਹੁੰਦਾ ਆ, ਹੈ ਨਾ। ਸਿੱਧੂ ਨੇ ਕਹਿੰਦਾ ਤੇਰੇ ਨਾਲ ਤਾਂ ਦਸਵਾਂ ਹਿੱਸਾ ਵੀ ਨਹੀਂ ਹੋਇਆ ਜੋ ਮੈਂ ਫੇਸ ਕੀਤਾ ਨਾ, ਅਤੇ ਜੇ ਮੈਂ ਤੈਨੂੰ ਕਹਿ ਰਿਹਾ ਕਿ ਮੈਂ ਹੈਗਾ, ਮੈਂ ਕਿਹਾ ਸਾਰੀ ਇੰਡਸਟਰੀ ਮੈਨੂੰ ਇੱਦਾਂ ਕਹਿ ਦਿੰਦੀ ਆ ਨਾ ਕਿ ਇਸ ਬੜਾ ਚੰਗਾ ਪੇਸ਼ ਕਰਦੇ ਆਪੋ ਆਪਣੇ ਆਪ ਨੂੰ, ਵੀ ਲੋਕ ਅਸੀਂ ਆਹ ਕਰਾਂਗੇ, ਕਰਦੇ ਬਾਅਦ ਸਾਰਾ ਕੁਛ ਕਰਦੇ ਉਹੀ ਆ ਜੋ ਉਹਨਾਂ ਤੋਂ ਕਰਵਾਇਆ ਜਾਂਦਾ, ਜੋ ਇੱਕ ਬੰਦਾ ਆ, ਜੋ ਇੱਕ ਲੋਬੀ ਕ੍ਰੀਏਟ ਕੀਤੀ ਜਾਂਦੀ, ਉਹ ਲੋਬੀ ਜਿਵੇਂ ਉਹਨਾਂ ਨੂੰ ਗਾਈਡਲਾਈਨਸ ਹੁੰਦੀਆਂ ਅੱਗੋਂ, ਸਾਰੇ ਮੇਰੇ ਨਾਲ ਉਹ ਕੁਛ ਕਰਦੇ ਵੀ ਜੈਨੀ ਜੌਹਲ ਨੂੰ ਸੁੱਟਣਾ ਆ, ਵੀ ਇੰਨੇ ਸਾਲਾਂ ਤੋਂ
ਕਾਮਯਾਬੀ ਵੀ ਮਿਲ ਰਹੀ ਹੈ ਨਾ ਲੋਕਾਂ ਨੂੰ ਵੀ ਮੈਂ ਕਿੰਨੇ ਚਿਰ ਤੱਕ ਸਟਰੋਂਗ ਰਹੂੰਗੀ। ਫਿਰ ਉਹਨੇ ਮੈਨੂੰ ਇੰਨੀ ਗੱਲ ਕਹੀ ਵੀ ਤੇਰਾ ਵਾਹ ਜੇ ਚਬਲਾਣਾ ਪਿਆ ਨਾ ਇੰਡਸਟਰੀ 'ਚ ਜੇ ਸਾਰੀ ਇੰਡਸਟਰੀ ਅਤੇ ਤੂੰ ਮੈਨੂੰ ਨਾ ਉੱਦਾਂ ਦਾ ਸਮਝ ਮੇਰੀ ਜ਼ਬਾਨ ਦੀ ਮੇਰੇ ਜ਼ਿਲ੍ਹੇ ਤੋਂ ਪਤਾ ਕਰਾ ਲਈ ਸਾਰੇ ਮਾਨਸੇ ਤੋਂ ਪਤਾ ਕਰਾ ਲਈ ਵੀ ਜੇ ਸਿੱਧੂ ਨੇ ਕਿਸੇ ਚੀਜ਼ ਕਿਸੇ ਬੰਦੇ ਨੂੰ ਜ਼ਬਾਨ ਦਿੱਤੀ ਸਿੱਧੂ ਕਿੱਦਾਂ ਖੜਦਾ ਆ ਉਹਦੇ ਨਾਲ। ਮੈਂ ਤਾਂ ਉਹਨਾਂ ਨਾਲ ਵੀ ਖੜਿਆ ਜਿਹੜੇ ਮਤਲਬ ਮੇਰੇ ਐਂਟੀ ਸੀ ਔਰ ਆਪਣੇ ਯਾਰਾਂ ਨਾਲ ਮਿਲ ਕੇ ਮਤਲਬ ਮੇਰੇ ਬਾਰੇ ਗਲਤ ਬੋਲਦੇ ਸੀ ਉਹਦੇ ਯਾਰ ਉਹਨਾਂ ਨੂੰ ਛੱਡ ਗਏ। ਮੈਂ ਉਹਨਾਂ ਐਂਟੀ ਬੰਦਿਆਂ ਨਾਲ ਵੀ ਖੜਿਆ, ਮੈਂ ਉਹ ਬੰਦਾ ਆ। ਜਦੋਂ ਉਹਨੇ ਮੈਨੂੰ ਇਹ ਗੱਲਾਂ ਕੀਤੀਆਂ ਤੇ ਮੈਂ ਮੇਰਾ ਹੌਸਲਾ ਤੇ ਇੱਥੋਂ ਇੱਥੇ ਹੋ ਗਿਆ ਜੀ। ਮੈਂ ਤੇ ਕਿੱਥੇ ਇੰਡਸਟਰੀ ਛੱਡਣ ਨੂੰ, ਕਿੱਥੇ ਮੈਂ ਮਰਨ ਦੀਆਂ ਗੱਲਾਂ ਕਰਦੀ ਸੀ ਤੇ ਕਿੱਥੇ ਮੈਨੂੰ ਹੋ ਗਿਆ ਨਹੀਂ ਨਹੀਂ ਮੈਂ ਨਹੀਂ ਦੱਬਣਾ, ਮੇਰੇ ਨਾਲ ਤਾਂ ਥੰਮ ਆ ਵੀ, ਮੇਰੇ ਨਾਲ ਤਾਂ ਸਿੱਧੂ ਆ ਹੁਣ ਵੀ। ਉਹ ਕਹਿੰਦਾ ਨਾ ਮੈਂ ਕਿਸੇ ਤੇ ਧੱਕਾ, ਮੈਂ ਤੈਨੂੰ ਜਾਣਦਾ ਨਹੀਂ ਪਰਸਨਲੀ ਪਰ ਜਿੰਨਾ ਕੁ ਮੈਂ ਤੇਰੀਆਂ ਗੱਲਾਂ ਤੋਂ ਜੱਜ ਕੀਤਾ ਵੀ ਤੂੰ ਦਿਲ ਦੀ ਸਾਫ਼ ਕੁੜੀ ਆ, ਤੂੰ ਚੰਗੀ ਆ, ਮੈਨੂੰ ਤੂੰ ਆਪਣੀ ਵਰਗੀ ਲੱਗੀ ਹੈ ਨਾ, ਤੇ ਮੈਂ ਤੈਨੂੰ ਭੈਣ ਵਾਂਗੂ ਮੈਂ ਤੈਨੂੰ ਕਹਿੰਦਾ ਕਿ ਜੇ ਮੈਂ ਤੇਰੇ ਨਾਲ ਖੜਾ ਹੈ ਨਾ ਤੇ ਬਸ ਤੈਨੂੰ ਇੰਡਸਟਰੀ ਦੀ ਲੋੜ ਨਹੀਂ, ਸਾਰੀ ਇੰਡਸਟਰੀ ਇੱਕ ਪਾਸੇ, ਮੈਂ ਇਕੱਲਾ ਇੱਕ ਪਾਸੇ। ਫਿਰ ਉਸਨੇ ਉਹ ਬੋਲ ਪਗਾਇਆ, ਬਿਲਕੁਲ ਪਗਾਇਆ ਜਦੋਂ ਅਥਰਾ ਸਟਾਈਲ ਗਾਣਾ ਡੱਬ ਕੀਤਾ, ਜਦੋਂ ਥੋੜੇ ਦਿਨਾਂ ਬਾਅਦ ਹੀ ਕਿੱਡ ਦਾ ਵੀਰੇ ਨੂੰ ਫੋਨ ਆਇਆ ਵੀ ਉਹ ਇੰਨਾ ਚੰਗਾ ਸੀ ਬੰਦਾ ਵੀ ਤੁਹਾਡੇ ਲਈ ਕੁਛ ਕਰਦਾ ਸੀ, ਤੁਹਾਨੂੰ ਜਿਤਾਉਂਦਾ ਵੀ ਨਹੀਂ ਸੀ, ਮੈਂ ਤੁਹਾਡੇ ਲਈ ਕੁਛ ਕਰ ਰਿਹਾ। ਕਿੱਡ ਦਾ ਹੀ ਮੈਨੂੰ ਫੋਨ ਆਇਆ, ਇਹ ਨਹੀਂ ਵੀ ਸਿੱਧੂ ਨੇ ਮੈਨੂੰ ਕਹਿ ਕਿ ਜਿਤਾਇਆ ਹੋ ਵੀ ਮੈਂ ਤੇਰੇ ਲਈ ਆਹ ਕਰਤਾ ਉਹ ਕਰਤਾ, ਨਹੀਂ ਕਿੱਡ ਦਾ ਫੋਨ ਆਇਆ ਵੀਰੇ ਨੂੰ ਵੀ ਗਾਣਾ ਡੱਬ ਕਰਕੇ। ਉਹ ਮੇਰੇ ਤੋਂ ਪਹਿਲਾਂ ਬਹੁਤ ਸਾਰੀਆਂ ਨਾਮੀ ਕਲਾਕਾਰਾਂ ਨੇ ਉਹ ਗਾਣਾ ਗਾਤਾ ਸੀ, ਡੱਬ ਕੀਤਾ ਸੀ, ਸਿੱਧੂ ਨੂੰ ਪਸੰਦ ਨਹੀਂ ਸੀ ਆਇਆ, 4-5 ਕੁੜੀਆਂ ਨੇ ਉਹ ਗਾਣਾ ਡੱਬ ਕੀਤਾ ਸੀ ਅਥਰਾ ਸਟਾਈਲ ਉਹਨੂੰ। ਪਰ ਮੈਨੂੰ ਬੜੀ ਹੈਰਾਨੀ ਹੋਈ, ਮੈਂ ਕਿਹਾ ਵੀ ਇਹ ਕਿੱਦਾਂ ਦਾ ਬੰਦਾ ਆ, ਬਾਕੀ ਲੋਕ ਫੋਲੋਅਰ ਫੇਕ ਫੋਲੋਅਰਸ ਅਤੇ ਫੇਕ ਵਿਊਜ਼ ਵੇਖ ਕੇ ਆਰਟਿਸਟ ਨਾਲ ਕੰਮ ਕਰਦੇ ਨੇ, ਅਤੇ ਇਹ ਇੱਕ ਅਲੱਗ ਬੰਦਾ ਆ ਵੀ ਜੇ ਉਹਨੇ ਇਹ ਨਹੀਂ ਦੇਖਿਆ ਵੀ ਜੈਨੀ ਤੋਂ ਨਾਲੋਂ ਦੂਸਰੀ ਕੁੜੀ ਦੇ ਫੋਲੋਅਰ ਜ਼ਿਆਦਾ ਸੀ ਜਿੱਥੋਂ ਮੈਂ ਪਹਿਲਾਂ ਗਵਾਇਆ ਅਤੇ ਉਹਨੂੰ ਗਾਣਾ ਦੇ ਦਾ, ਹੈ ਨਾ, ਵੀ ਉਹਨੇ ਮੈਨੂੰ ਗਾਣਾ ਦਿੱਤਾ ਇਹ ਗਾਣਾ ਜਦੋਂ ਮੈਂ ਗਾਇਆ ਉਹ ਉਹਨੂੰ ਪਸੰਦ ਆ ਗਈ, ਉਹ ਗਾਣੇ ਦੀ ਫੀਲ ਪਸੰਦ ਆ ਗਈ। ਸੋ ਮੇਰੇ ਮਨ 'ਚ ਨਾ ਓਬਵੀਅਸਲੀ ਤੁਹਾਡੇ ਮਨ 'ਚ ਰਿਸਪੈਕਟ ਫਿਰ ਵਧਣੀ ਸ਼ੁਰੂ ਹੋ ਜਾਂਦੀ ਵੀ ਜੋ ਬੰਦਾ ਕਹਿੰਦਾ ਉਹਨੇ ਕੀਤਾ। ਔਰ ਮਤਲਬ ਸਾਰੀ ਇੰਡਸਟਰੀ ਜਦੋਂ ਤੁਹਾਡੇ ਪਿੱਛੇ ਪਈ ਹੋਏ ਸੁੱਟਣ ਅਤੇ ਉਹ ਬੰਦਾ ਉਹਨਾਂ ਸਾਰਿਆਂ ਦੇ ਅਗੇਂਸਟ ਜਾ ਕੇ ਤੁਹਾਡੇ ਨਾਲ ਖੜਾ, ਸੋ ਇਹ ਚੀਜ਼ਾਂ ਮੈਨੂੰ ਮੇਰੇ ਮਨ 'ਚ ਰਿਸਪੈਕਟ ਵਧਣੀ ਸ਼ੁਰੂ ਹੋ ਗਈ ਬਹੁਤ। ਇਸੇ ਲਈ ਤੁਸੀਂ ਜਿਹੜਾ ਉਹ ਗਾਣਾ ਆਇਆ ਤੁਹਾਡਾ ਮੂਸ ਗਾਣਾ ਆਇਆ ਉਹਦੇ ਜਿਹੜੀ ਇੰਡਸਟਰੀ ਨੂੰ ਸਪੈਸ਼ਲ ਲਾਈਨ ਲਿਖੀ ਹੈ ਉਹ ਵੀ ਇਹਦੀ ਟੀਸ ਆ, ਕੋਈ ਇਹੀ ਟੀਸ ਕਰਕੇ ਲਿਖੀ ਆ ਕਿਹੜੀ ਜਿਹੜੀ ਤੁਸੀਂ ਲਿਖੀ? ਨਹੀਂ ਨਹੀਂ ਉਹ ਤਾਂ ਜੀ ਮੇਰੇ ਹਾਂ ਝੂਠੇ ਬੰਦਿਆਂ ਦੀ ਹੈਗੀ ਹੈ ਇੰਡਸਟਰੀ, ਉਹ ਤਾਂ ਮੈਨੂੰ ਪਤਾ ਹੈ ਵੀ ਉਹ ਤਾਂ ਮੈਂ ਸੱਚ ਲਿਖੀ। ਇਹ ਵੀ ਗੱਲ ਮੈਂ ਸੱਚ ਲਿਖੀ ਹੈ ਵੀ RIP ਦੇ ਟੁੱਟੇ ਦਿਲ ਪਾ ਕੇ ਇਹਨਾਂ ਨੇ ਗੱਲ ਸਾਰ ਦਿੱਤੀ, ਕਿਸੇ ਨੇ ਲਿਖਿਆ ਨਹੀਂ, ਫਾਰਮੈਲਿਟੀ ਹੀ ਕਰ ਦਿਓ, ਜਸਟਿਸ ਫੋਰ ਸਿੱਧੂ ਮੂਸੇਵਾਲਾ ਤੁਹਾਡੇ ਕੋਲ ਤਾਂ ਹੈਸ਼ਟੈਗ ਹੀ ਨਹੀਂ ਪਿਆ, ਤੁਸੀਂ ਉਹਦੇ ਲਈ ਖੜਨਾ ਤਾਂ ਕੀ ਸੀ? ਤੁਹਾਡੇ ਲਈ ਤੁਹਾਡੇ ਤਾਂ ਕਰੀਅਰ ਹੀ ਉਹਨਾਂ ਨੇ ਬਣਾਏ ਆ ਜਿਹੜੇ ਮੈਨੂੰ ਸੁਣ ਰਹੇ ਆ, ਇਹ ਕੌੜੀ ਸੱਚਾਈ ਹੈ, ਤੁਹਾਨੂੰ ਤਾਂ ਬਣਾਇਆ ਹੀ ਉਹਨਾਂ ਨੇ। ਕਈ ਤਾਂ ਇਹੋ ਜਿਹੀਆਂ ਕਲਾਕਾਰ ਕੁੜੀਆਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਕਰੀਅਰ ਖਤਮ ਹੋ ਚੁੱਕੇ ਸੀ, ਉਹਨਾਂ ਕੁੜੀਆਂ ਨੂੰ ਵਾਪਸੀ, ਡੂ ਇਟ ਸਿੰਗਰਾਂ ਨੂੰ ਵੀ ਸਭ ਨੂੰ ਉਹਨਾਂ ਦੀ ਵਾਪਸੀ ਉਹਨਾਂ ਨੇ ਕਰਾਈ, ਕੋਈ ਕਿਉਂ ਨਹੀਂ ਬੋਲਦਾ ਵੀ ਵੀਰੇ ਉਹਦੇ ਲਈ ਜਸਟਿਸ ਲਈ, ਕੋਈ ਕਿਉਂ ਨਹੀਂ ਆਉਂਦਾ ਅੱਗੇ? ਜਦੋਂ ਇਹਨਾਂ ਕੁੜੀਆਂ ਨੇ ਕਿੰਨੇ ਸਾਰੇ, ਚਲੋ ਮੁੰਡੇ ਤੋਂ ਕੋਲੈਬੋਰੇਸ਼ਨ ਯਾਰ ਦੋਸਤ ਸਾਰੇ ਕਰਦੇ ਸੀ ਜਿਹੜੇ ਆਪਣੇ ਨੂੰ ਯਾਰ ਕਹਿੰਦੇ ਸੀ, ਫੇਕ ਯਾਰ, ਕਿੱਥੇ ਆ ਜਸਟਿਸ ਲਈ? ਕੋਈ ਨਹੀਂ ਬੋਲਿਆ। ਅਤੇ ਜਦੋਂ ਜਿਹੜੀਆਂ ਕੁੜੀਆਂ ਵੀ ਕੋਲੈਬੋਰੇਸ਼ਨ ਕਰਨ ਲਈ ਵੱਡੀਆਂ ਵੱਡੀਆਂ ਨਾਮੀ ਕਲਾਕਾਰ ਜਿਹੜੇ ਕਿ ਤਰਸਦੇ ਸੀ ਵੀ ਸਿੱਧੂ ਸਾਡੇ ਨਾਲ ਗਾਣਾ ਕਰ ਲਵੇ, ਹੈ ਨਾ, ਜਦੋਂ ਤੁਸੀਂ ਉਹ ਉਦੋਂ ਤਾਂ ਤੁਹਾਡੇ ਕੋਲ ਤੁਸੀਂ ਗਾਣੇ ਕਰਨ ਲਈ ਉਹਦੇ ਪਿੱਛੇ ਭੱਜਦੇ ਸੀ, ਅੱਜ ਉਹ ਨਹੀਂ ਹੈ ਤਾਂ ਤੁਹਾਡਾ ਕੋਈ ਫਰਜ਼ ਨਹੀਂ ਆ, ਕੋਈ ਜਸਟਿਸ ਲਈ ਨਹੀਂ ਬੋਲ ਰਿਹਾ। ਜਾਨੀ ਜੀ ਜੇ ਵੀ ਘੋਖ ਪੜਤਾਲ ਕਰਦੇ ਹਾਂ, ਚਲੋ ਤੁਸੀਂ ਵੀ ਤਾਂ ਬੋਲ ਰਹੇ ਹੋ ਵੀ ਤੁਹਾਡੇ ਤੇ ਫੇਵਰ ਕਰਿਆ ਜਾਂ ਕੁਛ ਵੀ ਆ, ਇੱਕ ਇਨਸਾਨੀਅਤ ਵੀ ਆ ਜੀ, ਫੇਵਰ ਕਰਿਆ, ਲੇਕਿਨ ਮੈਂ ਇਨਸਾਨੀ ਤੌਰ ਤੇ ਵੀ ਉਹਦੀ ਕਾਇਲ ਆ ਸਾਡੇ ਨਾਲ, ਬਾਅਦ ਚ ਉਹਦਾ ਵੀ ਇੱਕ ਇੱਕ ਪਰਸਨਲੀ ਰਿਸ਼ਤਾ ਵੀ ਇੰਨਾ ਵਧੀਆ ਮੇਰੇ ਵੀਰੇ ਨਾਲ, ਮੇਰੇ ਨਾਲ ਉਹਦੀ ਜਿੰਨੀ ਗੱਲ ਹੁੰਦੀ ਸੀ ਉਹ ਬਹੁਤ ਵਧੀਆ ਇਨਸਾਨ ਸੀ, ਮੈਂ ਵਧੀਆ ਇਨਸਾਨਾਂ ਦੀ ਕਾਇਲ ਆ। ਤੁਸੀਂ ਕਦੀ ਵੀ ਦੇਖੋ ਇੰਡਸਟਰੀ 'ਚ ਮੇਰੀ ਕਿਸੇ ਨਾਲ ਬਹੁਤੀ ਦੋਸਤੀ ਨਹੀਂ, ਬਹਿਣੀ ਉੱਠਣੀ ਹੈ ਹੀ ਨਹੀਂ, ਮੈਂ ਬਿਲਕੁਲ, ਕਿਉਂਕਿ ਮੇਰੀ ਨਹੀਂ ਵਾਈਬ ਰਲਦੀ, ਮੈਂ ਅਲੱਗ ਚੱਲਦੀ ਹਾਂ, ਇੱਥੇ ਦੀ ਜੋ ਸੱਚਾਈ ਆ ਮੈਂ ਮੇਰੀ ਨਹੀਂ ਇਹਨਾਂ ਨਾਲ ਵਿਚਾਰਧਾਰਾ ਰਲ ਸਕਦੀ। ਜਾਨੀ ਜੀ ਪਰ ਅਸਲ 'ਚ ਪ੍ਰਸ਼ਨ ਜਿਹੜਾ ਮੈਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਹੜਾ ਸੋਡੇ ਵਾਲਾ ਖੇਤਰ ਹੈ ਇਹਦੇ 'ਚ ਪੈਸਾ ਬਹੁਤ ਆ, ਸ਼ੋਹਰਤ ਬਹੁਤ ਆ, ਨਾਮ ਬਹੁਤ ਜਲਦੀ ਬਣਦਾ ਹੈਗਾ, ਇਹ ਵੀ ਆ ਠੀਕ ਆ, ਸਾਨੂੰ ਦੁੱਖ ਲੱਗ ਰਿਹਾ ਹੈਗਾ, ਪਰ ਤੁਸੀਂ ਹੁਣ ਘੋਖ ਪੜਤਾਲ ਕਰ ਰਹੇ ਹੋ ਵੀ ਐਡਾ ਬੰਦੇ ਫਲੋਪ ਹੋਏ ਵੇ, ਉਹਨਾਂ ਦਾ ਦੁਬਾਰਾ ਖੜੇ ਕਰਕੇ ਐਡਾ ਐਡਾ ਨਾਂ ਬਣਾ ਤਾ ਹੈਗਾ, ਇੰਨੇ ਸ਼ੋਅ ਲੱਗਣ ਲੱਗ ਗਏ, ਸਭ ਕੁਛ ਦੁਨੀਆ ਦੇ ਫਿਰ ਸਟੈਂਡ ਹੋ ਗਏ, ਫਿਰ ਕਾਰਨ ਕੀ ਹੋ ਸਕਦਾ, ਕਾਹਦਾ ਡਰ ਆ, ਇਹ ਜੀ ਕਿਹੜੀ ਚੀਜ਼ ਆ ਵੀ ਇਹ ਮੇਰੇ ਸਮਝ ਤੋਂ ਮੇਰੇ ਬਾਹਰ ਆ ਸੀਰੀਅਸਲੀ। ਮਤਲਬ ਮੈਨੂੰ ਇਹ ਚੀਜ਼, ਮੈਨੂੰ ਲੱਗਦਾ ਕਿ ਅਸੀਂ ਜੇ ਇੱਦਾਂ ਨਹੀਂ ਖੜ ਰਹੇ ਉਹਦੇ ਲਈ ਜਿਹੜੇ ਨਹੀਂ ਖੜ ਰਹੇ, ਫਿਰ ਇਹ ਕਿਰਤ ਘਣਤਾ ਵਾਲੀ ਗੱਲ ਹੋਊਗੀ ਨਾ ਵੀਰੇ, ਮੈਨੂੰ ਨਹੀਂ ਪਤਾ ਇਹਦੇ ਪਿੱਛੇ ਰੀਜ਼ਨ ਕੀ ਆ, ਉਹਨਾਂ 'ਚ ਉਹਨਾਂ ਦੇ ਕੋਈ ਦਬਾਅ ਆ ਉਹਨਾਂ 'ਤੇ ਕਿਸੇ ਚੀਜ਼ ਦਾ, ਜਾਂ ਕਿਉਂ ਨਹੀਂ ਕੋਈ ਬੋਲ ਰਿਹਾ, ਪਰ ਮੈਨੂੰ ਗਲਤ ਲੱਗਦੀ ਹੈ ਇਹ ਚੀਜ਼। ਮੈਂ ਚਾਹੂੰਗਾ ਜਿਹੜਾ ਉਹ ਤੁਸੀਂ ਗਾਣਾ ਗਾਇਆ ਜੇ ਤੁਸੀਂ ਸਾਰਾ ਗਾ ਸਕਦੇ ਹੋ, ਕਿਉਂਕਿ ਮੈਨੂੰ ਵਾਕਿਆ ਹੀ ਲੱਗਿਆ ਵੀ ਤੁਸੀਂ ਦਿਲੋਂ ਵੀ ਲਿਖਿਆ ਗਾ, ਇੱਕ ਤੁਹਾਡਾ ਮੈਂ ਸੁਣ ਵੀ ਰਿਹਾ ਸੀ, ਤੁਸੀਂ ਕਿਹਾ ਵੀ
ਉਹਦੀ ਡੈਥ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਮੈਂ ਕਿਵੇਂ ਉਦਾਂ ਦਾ ਲਿਖਣ ਲੱਗ ਗਈ। ਸੀਰੀਅਸਲੀ ਵੀਰੇ ਮੈਂ ਕਹਿਣਾ ਚਾਹੁੰਦੀ ਹੁਣ ਕਈ ਜਿੱਦਾਂ ਮੈਂ ਗਾਣੇ ਲਿਖੇ ਆ, ਇੱਕ ਮੈਂ ਰੈੱਡ ਸਟੋਰਮ ਗਾਣਾ ਲਿਖਿਆ ਜਿਹੜਾ ਮੈਂ ਨਹੀਂ ਰਿਲੀਜ਼ ਕੀਤਾ ਹਾਲੇ, ਕਿਉਂਕਿ ਉਹ ਮੈਂ ਬਹੁਤ ਇਮੋਸ਼ਨਲ ਹੋ ਕੇ ਲਿਖਿਆ ਸੀਗਾ ਗਾਣਾ, ਔਰ ਮੈਨੂੰ ਲੱਗਦਾ ਵੀ ਨਹੀਂ ਕਿ ਮੈਂ ਉਦਾਂ ਉਹ ਰਿਲੀਜ਼ ਕਰੂੰਗੀ। ਵੀ ਜਦੋਂ ਮੈਨੂੰ ਮੇਰੇ ਕਜ਼ਨਸ ਵੀ ਸੁਣਦੇ ਸੀ ਸਾਰੇ ਕਹਿੰਦੇ ਸੀ ਦੀਦੀ ਲਿਖ ਤਾਂ ਬਹੁਤ ਵਧੀਆ ਰਹੇ ਹੋ ਤੁਸੀਂ, ਪਰ ਤੁਸੀਂ ਇੰਨਾ ਨੋਨ ਕਮਰਸ਼ੀਅਲ ਵਾਲੇ ਪਾਸੇ ਹੋ ਗਏ ਹੋ, ਹੈ ਨਾ, ਤੁਸੀਂ ਡੈਥ ਐਗਰੀਮੈਂਟ ਵੀ ਹੈ ਤਾਂ ਵਧੀਆ। ਪਰ ਮੈਂ ਕਿਹਾ ਸੀ ਵੀ ਠੀਕ ਹੈ ਕਮਰਸ਼ੀਅਲ ਆਪਾਂ ਕਰਦੇ ਹਾਂ, ਅੱਕ ਚੁੱਕੀ ਹਾਂ ਮੈਂ ਉਹਨਾਂ ਚੀਜ਼ਾਂ ਤੋਂ ਜੋ ਮੈਂ ਹਾਲਾਤ ਦੇਖ ਲਏ ਨਾ ਇੰਡਸਟਰੀ ਦੇ, ਵੀ ਮੈਂ ਹੁਣ ਕੁਛ ਮਤਲਬ ਜੋ ਸੱਚ ਆ ਨਾ ਉਹ ਮੈਂ ਲੈ ਕੇ ਆਉਣਾ ਆ ਅੱਗੇ। ਸੋ ਮੈਂ ਉਦੋਂ ਉਹ ਗਾਣਾ ਡੈਥ ਐਗਰੀਮੈਂਟ ਲਿਖਿਆ, ਬਲੱਡ ਸਟੋਰਮ ਜਿਹੜਾ ਗਾਣਾ ਮੈਂ ਉਦੋਂ ਲਿਖਿਆ। ਕਰਦੇ ਇਹ ਨਹੀਂ ਕਹਿੰਦੇ ਵੀ ਕੀ ਹੋਇਆ ਜਾਂ ਕੁਛ ਇੰਨਾ ਸੱਚ ਨਾਲ, ਕਈ ਵਾਰੀ ਘਰੇ ਹੁੰਦਾ ਗਾ ਵੀ ਨਹੀਂ ਵੀ ਨਾ ਨਹੀਂ, ਐਕਚੁਅਲੀ ਥੋੜ੍ਹਾ ਡਰਦੇ, ਪਰ ਮੈਂ ਕਹਿਣਾ ਚਾਹੁੰਦੀ ਵੀ ਮੈਂ ਉਸ ਖਾਨਦਾਨ 'ਚੋਂ ਹਾਂ ਜਿੱਥੇ ਮਤਲਬ ਇੱਕ ਜਾਗ ਮੈਨੂੰ ਆਪਣੇ ਨਾਨਾ ਜੀ ਤੋਂ, ਹੈ ਨਾ, ਆਪਣੇ ਮਾਮਾ ਜੀ ਤੋਂ, ਸਾਰਿਆਂ ਤੋਂ ਲੱਗੀ ਆ ਵੀ ਮੇਰੇ ਨਾਨਾ ਜੀ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਦੇਸ਼ ਲਈ ਜੇਲ੍ਹਾਂ, ਕੌਮ ਲਈ ਜੇਲ੍ਹਾਂ ਕੱਟੀਆਂ, ਔਰ 70 ਸਾਲ ਕੌਮ ਨੂੰ ਉਹਨਾਂ ਨੇ ਦਿੱਤੇ ਆਪਣੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉੱਥੋਂ ਹੀ ਇਹ ਤੁਰਿਆ ਆਉਂਦਾ ਆ ਵੀ ਪਾਪਾ ਵੀ ਮੇਰੇ ਜਿੱਦਾਂ, ਹੈ ਨਾ, ਅਤੇ ਮੈਂ ਤਾਂ ਹੀ ਮੈਂ ਨਹੀਂ ਝਿਜਕਦੀ, ਮਤਲਬ ਮੈਨੂੰ ਜੋ ਲੱਗਾ ਮੈਨੂੰ ਫੀਲ ਹੋਇਆ ਮੈਂ ਉਹ ਸੱਚ ਲਿਖਿਆ। ਥੋੜ੍ਹਾ ਘਰਦਿਆਂ ਨੂੰ ਜ਼ਿਆਦਾ, ਜਿਹੜੇ ਮੇਰੇ ਕਜ਼ਨਸ ਮੇਰੇ ਨਾਲ ਛੋਟੇ ਆ ਜਿਹੜੇ, ਹੈ ਨਾ, ਅਜੇ ਉਹਨਾਂ ਨੂੰ ਜ਼ਿਆਦਾ ਪਿਆਰ ਆ ਮੇਰੇ ਨਾਲ, ਬਹੁਤ ਜ਼ਿਆਦਾ ਅਟੈਚਮੈਂਟ ਆ, ਉਹ ਜ਼ਿਆਦਾ ਫੀਲ ਕਰਦੇ ਆ ਵੀ ਦੀਦੀ ਤੁਸੀਂ ਮੂਜ਼ ਗਾਣਾ ਕਰਨ ਤੋਂ ਪਹਿਲਾਂ ਵੀ ਦੀਦੀ ਤੁਸੀਂ ਨਾ ਕਰੋ, ਪਲੀਜ਼ ਨਾ ਕਰੋ, ਵੀ ਸਾਨੂੰ ਡਰ ਲੱਗਦਾ, ਸਾਨੂੰ ਤੁਹਾਡੇ ਲਈ ਡਰ ਲੱਗਦਾ ਵੀ। ਮੈਂ ਕਿਹਾ ਜੇ ਅਸੀਂ ਨਾ, ਅਸੀਂ ਹੁਣ ਚੁੱਪ ਰਹੂੰਗੀ ਮੈਂ, ਹੈ ਨਾ, ਅਤੇ ਕੱਲ੍ਹ ਨੂੰ ਕਿਸੇ ਨਾਲ ਵੀ ਇੱਦਾਂ ਹੋ ਸਕਦਾ, ਸਾਡੇ 'ਚੋਂ ਕਿਸੇ ਨਾਲ ਵੀ, ਸਾਡੇ ਮਤਲਬ ਕਿ ਸਾਡਾ ਫਰਜ਼ ਬਣਦਾ, ਜਿਹੜਾ ਬੰਦਾ ਸਾਡੇ ਲਈ ਇੰਨੇ ਔਖੇ ਟਾਈਮ 'ਤੇ ਖੜਿਆ ਹੋਵੇ, ਹੈ ਨਾ, ਅਤੇ ਸਾਡਾ ਫਰਜ਼ ਬਣਦਾ, ਉੱਦਾਂ ਵੀ ਇਨਸਾਨੀਅਤ ਦੇ ਨਾਤੇ ਸਾਨੂੰ ਅੱਗੇ ਆਉਣਾ ਚਾਹੀਦਾ, ਬੋਲਣਾ ਚਾਹੀਦਾ। ਮੈਂ ਉਹ ਗਾਣਾ ਜ਼ਰੂਰ ਚਾਹੂੰਗਾ ਵੀ ਤੁਸੀਂ ਸੁਣਾ ਦਿਓ। ਹਾਂਜੀ ਹਾਂਜੀ, ਮੈਨੂੰ ਵੈਸੇ ਕੋਲਡ ਹੋਇਆ, ਮੈਂ ਗਾ ਦਿੰਦੀ, ਪਰ ਫਿਰ ਇਹ ਕੋਈ ਕੰਮ ਨੀ ਸੂਰਮਿਆਂ ਵਾਲਾ, ਜੋ 8 ਬੰਦਿਆਂ ਨੇ ਕੱਲਾ ਸ਼ੇਰ ਮਾਰਿਆ, ਸ਼ਰਮ ਸਾਰੇ ਇਨਸਾਨੀਅਤ ਕਰਦੀ, ਇਹਨਾਂ ਸੋਚ ਨੂੰ ਪਤਾਲ 'ਚ ਨਿਗਾਰਿਆ, ਸੀ ਕਹਿੰਦੇ ਸੱਚ ਦੀ ਆਵਾਜ਼ ਅਸਾਂ ਦੱਬਣੀ, ਕਹਿੰਦੇ ਸੱਚ ਦੀ ਆਵਾਜ਼ ਅਸਾਂ ਦੱਬਣੀ, ਜਿੱਤ ਜਾਂਗੇ ਸ਼ੇਰ ਮਾਰ ਕੇ ਹੋ ਦੁੱਗਣੀ ਬੁਲੰਦ ਕਰ ਗਏ, ਚੱਲੇ ਹਾਰ ਕੇ ਮੂਸੇ ਜੱਟ ਨੂੰ ਅਮਰ ਕਰ ਗਏ, ਤੁਸੀਂ ਮਾਰ ਕੇ ਹੋ ਤੁਸੀਂ ਮਾਰ ਕੇ ਜਾਪੇ ਖਾਮ ਦੀ ਖੇਤ ਨੂੰ ਵਾੜੇ, ਲੱਖ ਲਾਨਤ ਸਮੇਂ ਦੀ ਸਰਕਾਰ, ਸਿਕਿਉਰਿਟੀਆਂ ਦੇ ਗੁੰਡਿਆਂ ਨੂੰ ਪਾਲਿਆ, ਇੰਪੋਰਟੈਂਟ ਸਿਸਟਮ ਨੇ ਹੀਰਾ ਖਾ ਲਿਆ, ਗੰਦੀਆਂ ਸਿਆਸਤਾਂ ਨੇ ਸਾਡਾ ਹੀਰਾ ਖਾ ਲਿਆ। ਇੰਡਸਟਰੀ ਝੂਠੇ ਬੰਦਿਆਂ ਦੀ ਸਾਰੀ ਹੋ ਆਰਆਈਪੀ ਤੇ ਟੁੱਟੇ ਦਿਲ ਪਾ ਕੇ ਗੱਲ ਸਾਰੀ ਤੁਸਾਂ ਗੱਲ ਸਾਰੀ। ਯਾਨੀ ਜੀ ਇੱਕ ਜਿਹੜਾ ਸਵਾਲ ਖੜਾ ਹੁੰਦਾ ਜਦੋਂ ਕੋਈ ਵੀ ਕਲਾਕਾਰ ਕੈਮਰੇ ਦੇ ਸਾਹਮਣੇ ਆਉਂਦਾਗਾ, ਚਾਹੇ ਉਹ ਕੋਈ ਇੰਟਰਵਿਊ ਹੋਵੇ, ਚਾਹੇ ਉਹਦਾ ਆਪਣਾ ਪਰਸਨਲ ਕੋਈ ਪਲੈਟਫਾਰਮ ਹੋਵੇ, ਚਾਹੇ ਉਹਦਾ ਕੋਈ ਲੇਖ ਲੱਗਿਆ ਹੋਵੇ ਪ੍ਰਿੰਟ ਮੀਡੀਆ ਦੇ ਵਿੱਚ, ਚਾਹੇ ਉਹ ਕਲਾਕਾਰ ਕਿਸੇ ਵੀ ਖਿੱਤੇ ਨੂੰ ਸੰਬੰਧ ਰੱਖਦਾ ਹੋਵੇ, ਅਕਸਰ ਇਹ ਚੀਜ਼ ਫੀਲ ਹੁੰਦੀ ਆ, ਜਾਂ ਲੋਕ ਵੀ ਕਹਿੰਦੇ ਆ ਪੁਰਾਣੀਆਂ ਕਹਾਵਤਾਂ ਵੀ ਕਲਾਕਾਰਾਂ ਦੇ ਦਿਲ ਹੁੰਦੇ ਨੇ, ਬੜੇ ਕੋਮਲ ਹੁੰਦੇ ਨੇ। ਜੰਗ ਢਿੱਲੋਂ ਨੇ ਮੈਨੂੰ ਕਿਹਾ ਸੀ ਵੀ ਕਲਾਕਾਰ ਜਿਹੜਾ ਉਹ ਤਿੱਤਲੀਆਂ ਵਰਗੇ ਹੁੰਦੇ ਨੇ। ਜੀ ਜੀ ਜੀ, ਜਦੋਂ ਪੁੱਤ ਦੇ ਮਰਨ ਦੇ ਉੱਤੇ ਇੱਕ ਬਾਪ ਥਾਪੀ ਮਾਰਦਾ ਗਾ, ਜਿਹੜੇ ਲੋਕ ਸਿੱਧੂ ਨੂੰ ਨਹੀਂ ਵੀ ਲਾਈਕ ਕਰਦੇ ਸੀ ਉਹ ਵੀ ਉੱਠ ਖੜੇ, ਉਹ ਵੀ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ, ਪਰ ਜਿਨ੍ਹਾਂ ਦੇ ਦਿਲ ਸੀ, ਇੰਨੇ ਸੱਚੀ ਵੀਰੇ ਹਾਲਾਤ ਆ, ਜਿਨ੍ਹਾਂ ਦੇ ਦਿਲ ਸੀ, ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਕਲਾਕਾਰ ਬੜੇ ਕੋਮਲ ਹੁੰਦੇ ਆ, ਉਹਨਾਂ ਦੇ ਪੱਥਰ ਦਿਲ ਹੋ ਗਏ। ਕਲਾਕਾਰ ਮੰਨਦੀ ਨਹੀਂ ਮੈਂ ਇਹਨਾਂ ਨੂੰ ਵੀਰੇ, ਕਲਾਕਾਰ ਅਸਲੀ ਕਲਾਕਾਰ ਇੱਦਾਂ ਹੁੰਦਾ ਹੀ ਨਹੀਂ ਆ। ਅਸਲੀ ਕਲਾਕਾਰ ਦਾ ਤੇ ਦਿਲ ਤੇ ਕੋਮਲ ਹੀ ਹੁੰਦਾ, ਫੁੱਲਾਂ ਤੋਂ ਵੀ ਕੋਮਲ ਹੁੰਦਾ ਅਸਲੀ ਕਲਾਕਾਰ ਦਾ ਦਿਲ। ਜਿਹੜਾ ਅਸਲੀ ਹੋਊਗਾ ਨਾ ਕਲਾਕਾਰ, ਉਹਨੂੰ ਤੇ ਕਹਿੰਦੇ ਕਲਾਕਾਰ ਜਜ਼ਬਾਤੀ ਹੁੰਦਾ ਨਾ ਬਹੁਤ, ਉਹਨੂੰ ਤੇ ਸਭ ਤੋਂ ਪਹਿਲਾਂ ਫੀਲ ਹੁੰਦੀਆਂ ਆ ਚੀਜ਼ਾਂ ਇਹੋ ਜਿਹੀਆਂ। ਤੇ ਮਤਲਬ ਮੈਂ ਜਿਹੜੇ ਨਹੀਂ ਬੋਲ ਰਹੇ, ਫਿਰ ਮੈਂ ਤੇ ਇਹ ਕਹੂੰਗੀ ਉਹ ਕਲਾਕਾਰ ਹੀ ਨਹੀਂ ਆ। ਮੈਨੂੰ ਐਂ ਲੱਗਦਾ ਕਿ ਮਤਲਬ ਠੀਕ ਆ ਤੁਹਾਡਾ ਕੰਮ ਲੋਟ ਆਇਆ ਵੀ ਤੁੱਕੇ ਤੁਹਾਡੇ ਲੱਗੇ ਆ, ਤੁਸੀਂ 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 ਕਲਾਕਾਰ ਨਹੀਂ ਆ। ਜੇ ਤੁਸੀਂ ਐਕਚੁਅਲੀ ਕਲਾਕਾਰ ਹੁੰਦੇ ਤੁਹਾਡੇ ਐਡੀ ਇੱਦਾਂ ਦੀ ਹਰਕਤ ਦੀ ਉਮੀਦ ਨਹੀਂ ਸੀ, ਨਾ ਹੀ ਉਸ ਇਨਸਾਨ ਦੀ ਕਦਰ ਰੱਖ ਰਹੇ ਨੇ, ਨਾ ਹੀ ਉਹ ਲੋਕਾਂ ਦੀ, ਜਿਹੜੇ ਲੋਕਾਂ ਨੇ ਉਹਨਾਂ ਨੂੰ ਫਰਸ਼ ਤੋਂ ਚੱਕ ਕੇ ਅਰਸ਼ ਤੇ ਪਹੁੰਚਾਇਆ। ਬਿਲਕੁਲ, ਇਹ ਤਾਂ ਮੈਂ ਪਹਿਲੇ ਵਾਰੀ 'ਚ ਕਹਿਤਾ ਨਾ ਵੀ ਜਿਹੜਾ ਬੰਦਾ ਤੁਹਾਡੇ ਨਾਲ ਖੜਿਆ ਹੋਵੇ, ਮਤਲਬ ਮੈਨੂੰ ਲੱਗਦਾ ਕਿ ਉਹ ਬਹੁਤ ਸੈਲਫਲੈਸ ਸੀ, ਉਹਨੂੰ ਕੋਈ ਕਿਸੇ ਤੋਂ ਉਹਨੂੰ ਕੀ ਕਿਸੇ ਦੀ ਲੋੜ ਸੀ ਵੀਰੇ, ਸਾਡੇ ਵਰਗਿਆਂ ਨੂੰ ਉਹਦੀ ਲੋੜ ਸੀ, ਉਹਨੂੰ ਥੋੜ੍ਹੀ ਸਾਡੀ ਲੋੜ ਸੀ।
ਪਰ ਫਿਰ ਵੀ ਉਹ ਬੁਲਾ ਬੁਲਾ ਕੇ ਕਿੱਦਾਂ ਹਰ ਕਿਸੇ ਦਾ, ਕਿੰਨੇ ਲੋਕੀ ਜਿਹੜੇ ਖਤਮ ਹੋ ਚੁੱਕੇ ਸੀ ਕਲਾਕਾਰ ਪੁਰਾਣੇ, ਉਹਨਾਂ ਨੂੰ ਵੀ ਖੁਦ ਜਾ ਜਾ ਕੇ ਉਹਨੇ ਲਿਆਂਦਾ ਇੰਡਸਟਰੀ 'ਚ, ਵਾਪਸੀ ਕਰਾਈ ਉਹਨਾਂ ਦੀ, ਹੈ ਨਾ। ਇਹ ਇਹ ਉਹਦੀ ਖਾਸੀਅਤ ਸੀ। ਉਹ ਉਹ ਤਾਂ ਕਹਿੰਦਾ ਹੁੰਦਾ ਸੀਗਾ, ਮੈਂ ਕਿੰਨੀ ਵਾਰੀ ਜਿੱਦਾਂ ਮੇਰੀ ਪਰਿਵਾਰ ਨਾਲ ਵੀ ਗੱਲ ਹੁੰਦੀ ਹੈ ਨਾ, ਉਹ ਤਾਂ ਕਹਿੰਦਾ ਹੁੰਦਾ ਸੀਗਾ ਵੀ ਮੈਨੂੰ ਤਾਂ ਜੇ ਮੇਰਾ ਕੋਈ ਫਾਇਦਾ ਹੋਇਆ, ਜੇ ਮੈਂ ਉਹਦੇ ਨਾਲ ਖੜ ਕੇ ਮੈਨੂੰ ਖੁਸ਼ੀ ਮਿਲਦੀ ਹੈ, ਜਿਹਦੇ ਨਾਲ ਕੋਈ ਵੀ ਨਹੀਂ ਖੜਦਾ, ਵੀ ਮੇਰੀ ਮੇਰੀ ਨੇਚਰ ਆ। ਮੈਨੂੰ ਸਾਨੂੰ ਵੀ ਕਹਿੰਦਾ ਸੀ ਵੀ ਜਿੰਨਾ ਸਾਡੇ ਮੇਰੇ ਤੋਂ ਫਾਇਦਾ ਲੈ ਸਕਦੇ ਹੋ ਨਾ, ਲੈ ਲਓ। ਜਿਵੇਂ ਹੁਣ ਤੁਸੀਂ ਮੀਡੀਆ ਦੇ ਵਿੱਚ ਬੋਲ ਰਹੇ ਹੋ, ਅੱਗੇ ਤੁਹਾਡੇ ਵੀ ਬਹੁਤ ਸਾਰੇ ਪ੍ਰੋਜੈਕਟ ਹੋਣਗੇ, ਪੈਂਡਿੰਗ ਪ੍ਰੋਜੈਕਟ ਬਹੁਤ ਸਾਰੇ ਹੋਣਗੇ, ਕੁਛ ਹੁਣ ਸੋਚਦੇ ਹੋ, ਪਲਾਨ ਕਰਦੇ ਹੋ ਜਾਂ ਘਰਦਿਆਂ ਨਾਲ ਵੀ ਆਪਾਂ ਕਿਵੇਂ ਚੱਲਣਾ ਗਾ, ਕਿਉਂਕਿ ਤੁਹਾਨੂੰ ਵੀ ਪਤਾ ਗਾ ਵੀ ਬੋਲੋਗੇ ਠੀਕ ਹੈ, ਤੁਹਾਡੀ ਜ਼ਮੀਰ ਕਹਿ ਰਹੀ ਹੈ ਵੀ ਤੁਸੀਂ ਬੋਲੋ, ਨਹੀਂ ਤੁਸੀਂ ਮਰੀ ਜ਼ਮੀਰ ਵਾਲੇ, ਪਰ ਅੱਗੇ ਬਾਰੇ ਤੁਸੀਂ ਕੁਛ ਪਲਾਨ ਆਊਟ ਕਰਕੇ ਚੱਲ ਰਹੇ ਹੋ ਵੀ ਨਹੀਂ ਇੱਦਾਂ ਇੱਦਾਂ ਆਪਾਂ ਕਰਕੇ ਚੱਲਣਾ ਗਾ? ਵੀਰੇ ਚਲੋ ਕਾਰੋਬਾਰ ਸਭ ਦੇ ਚੱਲਣੇ, ਹੈ ਨਾ, ਉਹ ਗਾਣੇ ਆਉਣਗੇ, ਕਮਰਸ਼ੀਅਲ ਵੀ ਸਭ ਕੁਛ, ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਵੀ ਜਿੱਦਾਂ ਸਿੱਧੂ ਦੇ ਮੈਂ ਪਹਿਲਾਂ ਵੀ ਲਿਖਦੀ ਸੀ, ਹੈ ਨਾ, ਅਨਸਟੋਪੇਬਲ ਗਾਣਾ ਲਿਖਿਆ, ਗਨਸ ਐਂਡ ਗਟਸ ਮੇਰਾ ਪਹਿਲਾਂ ਵੀ ਗਾਣੇ ਆਉਂਦੇ ਸੀ, ਪਰ ਜਿੱਦਾਂ ਸਿੱਧੂ ਦੇ ਜਾਣ ਤੋਂ ਬਾਅਦ ਇੱਕ ਬਹੁਤ ਹੀ ਵੱਡਾ ਟ੍ਰਿਗਰ ਸੀ ਮੇਰੇ ਲਈ ਵੀ ਹਾਂ ਵੀ ਹਲਾਤਾ ਇਸ ਚੀਜ਼ ਨੇ ਉੱਪਰੋਂ ਲੈ ਕੇ, ਮਤਲਬ ਪੂਰਾ ਅੰਦਰੋਂ ਹਲਾਤਾ ਮੈਨੂੰ। ਮੈਨੂੰ ਲੱਗਦਾ 2 ਮਹੀਨੇ ਮੈਂ, ਮੰਮਾ ਹੋਣਾ ਨੂੰ ਸਭ ਨੂੰ ਪਤਾ ਵੀ 2 ਮਹੀਨੇ ਮੈਂ ਕੰਮ ਨਹੀਂ ਕੋਈ ਵੀ ਕੀਤਾ ਹੈਗਾ, ਅਤੇ 2 ਮਹੀਨੇ ਮੇਰੇ ਪੇਜ 'ਤੇ ਸਿਰਫ ਸਿੱਧੂ ਦੀਆਂ ਪੋਸਟਾਂ ਲੋਕਾਂ ਨੂੰ ਦਿਖੀਆਂ, ਈਵਨ ਇੰਡਸਟਰੀ ਦੇ ਲੋਕ ਵੀ ਮੈਨੂੰ ਅਨਪ੍ਰੋਫੈਸ਼ਨਲ ਕਹਿਣ ਲੱਗ ਗਏ ਸੀ ਵੀ ਇਹਦਾ ਪੇਜ ਜੈਨੀ ਦਾ ਪੇਜ ਨਹੀਂ ਲੱਗਦਾ, ਕੋਈ ਸਮਾਜ ਸੇਵਿਕਾ ਦਾ ਲੱਗਦਾ, ਜਾਂ ਫਿਰ ਐਂ ਲੱਗਦਾ ਵੀ ਸਿੱਧੂ ਦਾ ਹੀ ਪੇਜ ਆ, ਜੈਨੀ ਦਾ ਨਹੀਂ ਆ, ਵੀ ਸਿੱਧੂ ਦੀਆਂ ਹੀ ਪੋਸਟਾਂ ਦਿਸਦੀਆਂ, ਹੈ ਨਾ। ਅਤੇ ਮੈਂ ਉਹਨਾਂ ਟਾਈਮਾਂ ਤੋਂ ਬਾਅਦ ਪਹਿਲਾ ਗਾਣਾ ਜੇ ਰਿਲੀਜ਼ ਆਪਣਾ ਡੱਬ ਕੀਤਾ ਸੀ ਉਹ ਮੂਜ਼ ਸੀਗਾ, ਦੂਜਾ ਮੈਂ ਡੈਥ ਐਗਰੀਮੈਂਟ ਕੀਤਾ ਵੀ ਬਿਲਕੁਲ ਹੀ ਆਊਟ, ਇੱਕ ਸਾਰੇ ਮੈਨੂੰ ਕਹਿਣ ਲੱਗੇ ਆਊਟ ਚੱਲ ਪਈ ਆ ਬਿਲਕੁਲ ਹੀ, ਹੈ ਨਾ, ਵੀ ਕਮਰਸ਼ੀਅਲ ਨਹੀਂ ਰਹਿ ਗਈ ਜਾਂ ਕੁਛ ਵੀ। ਮੈਂ ਜਿਹੜੇ ਈਵਨ ਗਾਣੇ ਕਮਰਸ਼ੀਅਲੀ ਵੀ ਜੇ ਮੈਂ ਸੋਚ ਕੇ ਲਿਖਦੀ ਨਾ ਵੀ ਮੈਂ ਜਨਰਲ ਲਿਖਣਾ, ਮੈਂ ਇੰਨਾ ਮੇਰੇ ਥੋਟਸ ਉਹ ਹੋ ਗਏ ਨੇ ਵੀ ਮੈਂ ਸਿੱਧੂ ਦੇ ਜਾਣ ਤੋਂ ਬਾਅਦ ਨਾ ਮੈਂ ਕਿਸੇ ਹੋਰ ਕਲਾਕਾਰ ਨੂੰ ਸੁਣਿਆ, ਨਾ ਮੈਂ ਵੇਖਿਆ, ਨਾ ਮੈਂ ਮਤਲਬ ਉਹਦੇ ਗਾਣੇ ਸੁਣੇ, ਔਰ ਮੈਂ ਮੇਰੇ ਮਨ 'ਚ ਨਾ ਥੋਟਸ ਵੀ ਉੱਦਾਂ ਦੇ ਆਉਂਦੇ ਆ, ਮੈਂ ਗਾਣੇ ਵੀ ਜੇ ਮੈਂ ਸੋਚ ਕੇ ਲਿਖਾਂ ਮੈਂ ਜਨਰਲ ਲਿਖ ਰਹੀ ਹਾਂ, ਫਿਰ ਵੀ ਉਹਦੇ 'ਚ ਕੁਛ ਨਾ ਕੁਛ ਸਿੱਧੂ ਦਾ ਹੋ ਜਾਂਦਾ, ਮਤਲਬ ਮੈਨੂੰ ਲੱਗਦਾ ਜਿਹੜਾ ਮੇਰਾ ਆਉਣ ਵਾਲਾ ਗਾਣਾ ਸ਼ਹਿਨਸ਼ਾਹ ਜਾਂ ਹੋਰ ਵੀ ਜਿਹੜੇ ਗਾਣੇ ਅਸੀਂ ਰਿਲੀਜ਼ ਕਰਨੇ ਸਾਰਿਆਂ 'ਚੋਂ ਝਲਕ ਦਿਖੂਗੀ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਪੁਸ਼ ਕਰਦੀਆਂ ਗਈਆਂ ਲਿਖਣ ਲਈ, ਸੱਚ ਆ, ਜਿਵੇਂ ਤੁਸੀਂ ਪਹਿਲਾਂ ਵੀ ਤੁਸੀਂ ਕਿਹਾ ਵੀ ਇੱਕ ਘਰ ਦਾ ਵੀ ਇੱਕ ਆਪਣਾ ਇਤਿਹਾਸ ਇਤਿਹਾਸ ਆ, ਮਾਹੌਲ ਆ, ਬਿਲਕੁਲ ਜਿਹੜੀਆਂ ਚੀਜ਼ਾਂ ਤੁਸੀਂ ਪਿੱਛੇ ਕਰੀਆਂ ਹੈਗੀਆਂ, ਜੇ ਤੁਹਾਡਾ ਪਿਛਲਾ ਆਪਾਂ ਕੈਰੀਅਰ ਦੇਖੀਏ, ਕਿਸੇ ਚੀਜ਼ ਤੇ ਲੱਗਦਾ ਵੀ ਜਾਨੀ ਆਹ ਕੰਮ ਗਲਤ ਕਰਤਾ ਜਾਂ ਇਹੋ ਜਿਹਾ ਨਹੀਂ ਗਾਉਣਾ ਸੀ ਜਾਂ ਇਹੋ ਜਿਹੀ ਪੇਸ਼ਕਾਰੀ ਨਹੀਂ ਹੋਣੀ ਸੀ ਕੋਈ? ਮੈਨੂੰ ਲੱਗਦਾ ਕਿ ਜੋ ਤੁਸੀਂ ਪਹਿਲਾਂ ਮੈਂ ਸਾਇੰਟ ਸੀ ਜਿੱਦਾਂ, ਹੈ ਨਾ, ਉਦੋਂ ਤੁਸੀਂ ਆਪਣਾ ਨਹੀਂ ਤੁਸੀਂ ਸੋਚ ਸਕਦੇ। ਮੈਂ ਸ਼ੁਰੂ ਤੋਂ ਹੀ ਜਿੱਦਾਂ ਮੈਂ ਕਲਾਸੀਕਲ ਵੀ ਮਿਊਜ਼ਿਕ ਵੀ ਸਿੱਖਿਆ, ਮੈਂ ਸ਼ੁਰੂ ਤੋਂ ਮੇਰੀ ਸੋਚ ਆ ਕਿ ਮੈਂ ਉਹ ਵੀ ਚੀਜ਼ਾਂ ਅੱਗੇ ਲੈ ਕੇ ਆਵਾਂ ਜੋ ਮੈਂ ਸਿੱਖੀਆਂ, ਹੈ ਨਾ। ਪਰ ਕੀ ਹੁੰਦਾ ਆ ਕਿ ਇੱਕ ਨਾ ਤੁਹਾਡੀ ਪਛਾਣ ਬਣ ਜਾਂਦੀ ਲੋਕਾਂ 'ਚ, ਤੁਹਾਨੂੰ ਐਕਸੈਪਟੈਂਸ ਫਿਰ ਉੱਦਾਂ ਦੀ ਹੀ ਮਿਲਦੀ ਹੈ ਵੀ ਕਈ ਵਾਰੀ ਤੁਸੀਂ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ, ਅਤੇ ਨਹੀਂ, ਪਰ ਲੋਕ ਚਾਹੁੰਦੇ ਕਿ ਉੱਦਾਂ ਦਾ ਹੀ ਗਾਵੇ ਜਿੱਦਾਂ ਦਾ ਪਹਿਲਾਂ ਉਹਨੇ ਗਾਇਆ, ਹੈ ਨਾ। ਪਰ ਜੋ ਮੈਨੂੰ ਤੁਸੀਂ ਜੇ ਤੁਸੀਂ ਮੈਨੂੰ ਐਜ਼ ਅ ਪਰਸਨ ਨਹੀਂ ਜਾਣਦੇ ਲੋਕ, ਹੈ ਨਾ, ਜਿਹੜੇ ਮੈਨੂੰ ਜਾਣੂਗੇ ਉਹਨਾਂ ਨੂੰ ਪਤਾ ਹੋਊਗਾ ਕਿ ਮੇਰੀ ਕੀ ਸੋਚ ਆ। ਮੇਰੀ ਸੋਚ ਆ ਜਿੱਦਾਂ ਮੈਂ ਡੈਥ ਐਗਰੀਮੈਂਟ ਗਾਣਾ ਲਿਖਿਆ, ਹੈ ਨਾ, ਬਲੱਡ ਸਟੋਰਮ ਗਾਣਾ ਮੈਂ ਲਿਖਿਆ ਸੀ, ਬੜੇ ਇੱਕ ਮੈਂ ਬਹੁਤ ਸਾਰੇ ਗਾਣੇ ਜਿਹੜੇ ਮੈਂ ਰਿਲੀਜ਼ ਮੈਂ ਨਹੀਂ ਸ਼ਾਇਦ ਕਮਰਸ਼ੀਅਲੀ ਕਰੂੰਗੀ, ਪਰ ਮੈਂ ਉਹਨੂੰ ਆਪਣੇ ਇੰਸਟਾਗ੍ਰਾਮ 'ਤੇ ਜ਼ਰੂਰ ਸ਼ੇਅਰ ਕਰੂੰਗੀ। ਸੋ ਉਹ ਮੇਰੀ ਸੋਚ ਆ। ਮੈਂ ਹੁਣ ਮੈਨੂੰ ਨਾ ਵੀਰੇ ਜਦੋਂ ਦੀ ਸਿੱਧੂ ਦੀ ਅਸੈਸੀਨੇਸ਼ਨ ਹੋਈ ਆ, ਉਦੋਂ ਤੋਂ ਬਾਅਦ ਨਾ ਮੈਨੂੰ ਇਹ ਚੀਜ਼ਾਂ ਫਰਕ ਪਾਉਣੋਂ ਹਟ ਗਈਆਂ ਬਿਲਕੁਲ, ਵੀ ਕਮਰਸ਼ੀਅਲ ਕੀ ਆ, ਵਿਊਜ਼ ਕਿੱਥੇ ਆਊਗੇ, ਲਾਈਕਸ ਕਿਹਨੂੰ ਮਿਲੂਗੇ, ਫਰਕ ਨਹੀਂ ਪੈਂਦਾ। ਮੈਨੂੰ ਲੱਗਦਾ ਵੀ ਜੇ ਐਡਾ ਫੇਮ ਕਮਾ ਕੇ, ਜਿਹਨੂੰ ਹਾਲੀਵੁੱਡ ਦੇ ਸਟਾਰ ਫੋਲੋ ਕਰਦੇ ਸੀ, ਜੇ ਐਡਾ ਫੇਮ ਕਮਾ ਕੇ ਵੀ ਬੰਦੇ ਦਾ ਆਹ ਹਾਲ ਹੁੰਦਾ ਆ, ਤੇ ਫਿਰ ਮਤਲਬ ਠੀਕ ਆ ਨਾ, ਫਿਰ ਅਨਪ੍ਰੋਫੈਸ਼ਨਲ ਫਿਰ ਕਹਾਉਣਾ ਠੀਕ ਆ, ਮਨਜ਼ੂਰ ਆ ਮੈਨੂੰ ਅਨਪ੍ਰੋਫੈਸ਼ਨਲ ਕਹਾਉਣਾ, ਮੈਨੂੰ ਨੌਨ ਕਮਰਸ਼ੀਅਲ ਗਾਣੇ ਮਨਜ਼ੂਰ, ਮਤਲਬ ਮੈਨੂੰ ਮੇਰੀ ਸੋਚ ਉਦਾਂ ਦੀ ਹੋਈ ਜਾਂਦੀ। ਜੇ ਪੰਜਾਬ ਵਾਲੇ ਐਂਗਲ ਤੋਂ ਦੇਖਦੇ ਆ, ਜੇ ਤੁਹਾਡਾ ਇੰਸਟਾਗ੍ਰਾਮ ਚੈੱਕ ਕਰਦੇ ਆ, ਜਿਹੜਾ ਤੁਹਾਡਾ ਸੋਸ਼ਲ ਪਲੇਟਫਾਰਮ, ਉੱਥੇ ਦੇਖਦੇ ਆ, ਤੁਸੀਂ ਸੰਦੀਪ ਨੰਗਲੰਬੀਆਂ ਲਈ ਵੀ ਬੋਲ ਰਹੇ ਹੋ, ਸਿੱਧੂ ਮੂਸੇ ਵਾਲੇ ਲਈ ਵੀ ਬੋਲ ਰਹੇ ਹੋ, ਦੀਪ ਸਿੱਧੂ ਦੀ ਵੀ ਕੋਈ ਨਾ ਕੋਈ ਪੋਸਟ ਆ ਤੁਹਾਡੇ ID ਦੇ ਉੱਤੇ, ਤੁਸੀਂ ਉਹ ਐਂਗਲ ਤੋਂ ਕੁਛ ਦੇਖ ਰਹੇ ਹੋ ਪੰਜਾਬ ਤੋਂ ਜਾਂ ਕੌਮੀਅਤ ਦੇ ਐਂਗਲ ਤੋਂ ਜਾਂ ਕੁਛ, ਮਤਲਬ ਉਹ ਮਨ ਦੇ ਵਿੱਚ ਉਹ ਵਿਚਾਰ ਵੀ ਚੱਲਦਾ ਹੈਗਾ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ? ਮੈਨੂੰ ਨਾ ਮੈਂ ਬਹੁਤ ਹੀ ਮੈਂ ਇੰਨੀ ਬਾਗੀ ਖਿਆਲਾਂ ਦੀ ਨਹੀਂ ਸੀ, ਸ਼ਾਇਦ ਮੈਂ ਇੱਦਾਂ ਦਾ ਨਹੀਂ ਸੀ ਲਿਖਦੀ ਜੋ ਦੀਪ ਸਿੱਧੂ ਬਾਈ ਨਾਲ ਹੋਇਆ, ਜੋ ਮੈਂ ਸਿੱਧੂ ਨਾਲ ਵੇਖਿਆ, ਸੰਦੀਪ ਨੰਗਲੰਬੀਆਂ, ਮਤਲਬ ਇੱਕ ਵਧੀਆ ਸੋਚ, ਇੱਕ ਵਧੀਆ ਕਲਮ, ਇੱਕ ਵਧੀਆ ਖਿਡਾਰੀ, ਹੈ ਨਾ, ਮਤਲਬ ਉਹ ਸਾਰੀਆਂ ਚੀਜ਼ਾਂ ਜਦੋਂ ਮੈਂ ਦੇਖਦੀ ਹਾਂ ਆਪਣੇ ਅੱਖਾਂ ਤੋਂ ਜੋ ਕੁਛ ਮੇਰੇ ਅੱਖਾਂ ਦੇ ਅੱਗੋਂ ਗੁਜ਼ਰ ਰਿਹਾ, ਉਹ ਨਾ ਜਿੱਦਾਂ ਅੰਦਰੋਂ ਤੁਹਾਨੂੰ ਉਹ ਕਹਿੰਦੇ ਨਾ ਰੈਵੋਲੂਸ਼ਨ ਜਦੋਂ ਆਉਂਦਾ ਆ ਉਹਦੇ ਪਿੱਛੇ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਹ ਜਦੋਂ ਮੈਂ ਵਿਟਨੈਸ ਕਰ ਰਹੀ ਹਾਂ ਆਪਣੀਆਂ ਅੱਖਾਂ ਨਾਲ, ਤੇ ਮੈਨੂੰ ਲੱਗਦਾ ਕਿ ਮੈਂ ਮੇਰੀ ਸ਼ਖਸੀਅਤ ਜਿਹੜੀ ਉਹ ਬਦਲਦੀ ਜਾਂਦੀ ਆ, ਵੀ ਮੈਂ ਜਿੱਦਾਂ ਪਹਿਲਾਂ ਬਹੁਤ ਮੈਂ ਐਂਬੀਸ਼ੀਅਸ ਹਾਂ, ਬਹੁਤ
कि मैं सही रस्ते से जाके करना, सस्ता फेम मैनू नहीं चाहिए जो गलत रस्ते इख्तियार करके मिलता। पर उदा की तो मैं हैगी हाँ एम्बिशियस, मैं शुरू तो सी कि मैं आह चीज़ अचीव करनी, पर हूँ ना भीरे मेरे मेरी सोच बदलती जाती है भी मैं ये जड़िया घटनावान ये जड़े हादसे हुए ने उन्हें शेप हों सारा कुछ भी मतलब बिल्कुल ही अड चलन लग गई मैं थोड़ा। जे एक कौड़ा जहा सवाल मैं पूछा जी, देखा तुम बहुत कुछ हो पढ़िया भी बहुत कुछ हो, जो एक शब्द आ इंसाफ, हालांकि जैसी सिख सिखा नू देखते हैं या पंजाबीयत नू देखते हैं कौम नू देखते हैं, इंसाफ शब्द एक ऐसा गा कहिंदे सारे ने मिलता है कि तो नहीं, तुहानू लगता भी कोई इंसाफ कोई दऊगा सुनू? देखो जी वो तो गाना भी बनया ना ये अंधा कानून है, इत्थे मैनू मैनू उम्मीद घट हुंदी है भी मैनू इस देश विच रह के तो जो कुछ भी मैं देखिया अपनी अखां नाल जिन्ने भी केसिस मैं वेखे आ इत्थे फिल्म इंडस्ट्री भी हिंदी फिल्म इंडस्ट्री भी इत्थे भी आ जो भी नॉर्मली भी खिडारियां ना कबड्डी खिडारियां ना हो सो मैनू इंसाफ दी इंसाफ इंसाफ दऊगा कौन जिहड़े जिहड़ा जदों सारा ढांचा ही करप्ट हो जाए वीरे, जदों उपरले लैवल तो सब कुछ प्लैनिंगा चलदियां आ तो फिर कितों इंसाफ की उम्मीद मंगांगे आपां? पर लोग मैनू लगता इंसाफ असल च सानू वह हुंदा जिहड़ा लोगों के दिलों चों इंसाफ मिलता वह हुंदा इंसाफ, मैनू लगता सिद्धू नू इंसाफ मिलेगा संदीप वीरे नू इंसाफ मिलेगा, इंसाफ किन्ना कोलों मिलेगा लोगों कोलों मिलेगा, ये जिहड़ा लोगों के दिल च वस गया कदी नहीं कढ़िया जा सकता वीरे। जिदा भगत सिंह हुणा दे नाम सी ना वह उस कतार विच सिद्धू ने दीप सिद्धू बाई ने इन्हां ने अपने नाम संदीप नंगलंबिया बाई ने इन्हां ने अपने नाम अंकित करा ले ने उस कतार च भी मैनू मैनू लगता भी असल इंसाफ लोगों वालों हों और लोगों की नज़र च तो वह लैजेंड्स ने जी। तो जे ये गाने की गल करते हैं जो तुम गाना गाया गा मौत का स्टाम्प डैथ एग्रीमेंट जी, वो की सोच के वो भी यही चीज़ को आधार रख के लिखा गया? मैं जो लिखन लगी ना वो गाना जो मैं लिख के आई हाँ क्योंकि मैं पापा होना दे नानू होना दे ना जिदा 94 कलिए छंद या 72 कलिए सुनती सी छोटे होंदे, तो मैनू पापा ने दस्या सी भी जो पापा ने लिखा सी 94 कलिए ते नानू नानू वॉज लाइक कंप्लीटली सरप्राइज्ड भी तू नहीं लिख सकता ये गाना तू किदा लिखता। जो मैं मेरे माइंड च ना वीरे मतलब बड़े बागी जे ख्याल होने लग गए सी मेरे सिद्धू नाल जो है जो इतिहास भी मैं जो पढ़िया है ना मैं वो लिखिया ना जो गाना मेरे मैं पापा मैनू कहिंदे तू ये गाना इन्ना औखा गाना तू किदा लिखता, मैं कहिंदे मैं क्या पापा तुहाडा 72 कलिया छांदियां 94 कलिया मैं बड़ी मैनू बड़ा वधिया लगता, मैं ना उदा दी बनतर जी बनाई पर मैनू ना उदा समिट्रिकली जिदा पूरी टैक्निकली तो नहीं पता मैं सही लिखिया कि नहीं। पापा ना वर्ड्स गिणन लग गए कहिंदे इहदे च तां इक अंतरे च 94 कलिए तो भी वध वर्ड्स आ भी बड़े खुश होए भी तू ये गाना वैसे तो कहें कि ये एक्सैप्टेंस इनू कोई लोगों जिन्होंने लोगों तू सुना रही है ना शायद समझ ना लगे भी इन्ना इहो जिहा गाना तू कर रही पर मैनू प्राउड आ तेरे ते भी तू स्टैप लिया है। तुसीं सुनाओगे कुछ उहदे चों? हाँ जी साना जे तूफाना जे चट्टाना जे चुक दे नहीं मौत दे आशिक सच दे उपाशिक उड़ने बाशिक लुक दे नहीं जुल्म नू पौंदे संगल झूठ नाल दंगल करन जो अड़के लैन हक लड़के मरोड़न धोन पाप दी फड़के छातियां देड़न वैरी रेड़न इको वार ना कम नबेड़न सूर में टल दे नहीं ना तोस किसे दी सेंदे जुल्म नाल खेंदे जो कहिंदे मुंह ते दसन पुगा के कफन सजा के मौत दा सिर ते हमला कर दे दूजी धिर ते ना हौसले हिम्मत इरादे तिड़के ना सच तो थिड़के मौत तो चल दे नहीं हो जुग पलटौन वाले घरों तुर दे मौत दा शटाम बलिया सैन करके जमीरा वेच के ना लेंदे मुल जिंदगी मशहूर मौत नाल हुंदे लावा लैण करके जी। बहुत खूब थैंक यू। कोई मैनू लगदा किसे नू चलो हुण तुसीं दस रहे हो बहुत सारे लोगों नू ये लगूगा भी मॉडर्न जी कुड़ी ये कुछ लिख रही है ਇਹ ਸਾਰਿਆਂ ਨੂੰ ਲੱਗਦਾ ਆ ਪਰ ਮੈਂ ਵੀਰੇ ਉਹੀ ਗੱਲ ਕਹਿੰਦੀ ਹਾਂ ਨਾ ਕਿ ਅਸੀਂ ਲੋਕੀ ਕਿਸੇ ਨੂੰ ਕਿਸੇ ਦੇ ਪਹਿਰਾਵੇ ਤੋਂ ਜਾਂ ਕਿਸੇ ਦੇ ਬਾਹਰਲੇ ਦੇਖਣ ਵਾਲੇ ਰੂਪ ਤੋਂ ਜੱਜ ਕਰ ਲੈਂਦੇ ਹੁਣ ਕਈ ਜਿੱਦਾਂ ਮੈਂ ਕਹਿ ਰਹੀ ਸਿੱਧੂ ਬਾਰੇ ਬਹੁਤ ਸਾਰੇ ਐਵੇਂ ਦੇ ਚਿਹਰੇ ਨੇ ਇੰਡਸਟਰੀ 'ਚ ਕੁੜੀਆਂ ਮੁੰਡੇ ਬਹੁਤ ਸਾਰੇ ਜਿਹੜੇ ਪੰਜਾਬੀਅਤ ਦੀ ਆਪਣੇ ਆਪ ਨੂੰ ਕਹਿੰਦੇ ਅਸੀਂ ਵਾਰਿਸ ਹਾਂ ਸੂਟ ਪਾ ਕੇ ਇਨੋਸੈਂਟ ਬਣ ਕੇ ਬਹੁਤ ਜ਼ਿਆਦਾ ਅਤੇ ਤੁਸੀਂ ਮਤਲਬ ਇੰਸਟਾਗ੍ਰਾਮ 'ਤੇ ਪੋਰਟਰੇ ਕਰਦੇ ਹੋ ਵੀ ਤੁਸੀਂ ਬਹੁਤ ਪੰਜਾਬੀ ਆ ਹੈ ਨਾ ਬਹੁਤ ਤੁਹਾਡੇ ਤੋਂ ਜ਼ਿਆਦਾ ਪੰਜਾਬੀ ਵਿਰਸਾ ਨਹੀਂ ਸੰਭਾਲਿਆ ਕਿਸੇ ਨੇ ਅਤੇ ਜਦੋਂ ਉਹ ਪੰਜਾਬੀਅਤ ਦੇ ਪੰਜਾਬ ਦੇ ਵਾਰਿਸ ਨੂੰ ਦਿਨ ਦਿਹਾੜੇ ਕਤਲ ਹੁੰਦਾ ਮੈਨੂੰ ਤਾਂ ਵੀਰੇ ਐਂ ਫੀਲ ਹੋਇਆ ਵੀ ਸਿੱਧੂ ਦੇ ਹਿੱਕ 'ਚ ਗੋਲੀ ਨਹੀਂ ਵੱਜੀ ਇਹ ਤਾਂ ਪੰਜਾਬ ਦੇ ਹਿੱਕ 'ਚ ਵੱਜੀ ਆ ਫਿਰ ਤੁਹਾਡੀ ਪੰਜਾਬੀਅਤ ਕਿੱਥੇ ਆ ਸਿਰਫ ਪਹਿਰਾਵੇ ਸੂਟਾਂ 'ਚ ਰਹਿ ਗਈ ਆ
ਪੈਨ ਪੰਜਾਬੀਅਤ ਜਾਂ ਜਿਹੜੇ ਮੁੰਡੇ ਜਿਹੜੇ ਅਣਖਾਂ ਦੀਆਂ ਗੱਲਾਂ ਲਿਖਦੇ ਆ ਹੈ ਨਾ ਆਪਣੇ ਤੁਸੀਂ ਇਤਿਹਾਸਾਂ ਦੀਆਂ ਅਣਖਾਂ ਦੀਆਂ ਗੱਲਾਂ ਕਰਦੇ ਹੋ ਵੀ ਪੰਜਾਬੀ ਇੱਦਾਂ ਹੁੰਦੇ ਆ ਪੰਜਾਬੀ ਜ਼ਰੂਰਤ ਨਾਲ ਜਿਉਂਦੇ ਜਦੋਂ ਸਿੱਧੂ ਲਈ ਖੜਨ ਦਾ ਵੇਲਾ ਸੀ ਉਦੋਂ ਤੁਹਾਡੀ ਪੰਜਾਬੀ ਤੁਹਾਡੀ ਅਣਖ ਤੁਹਾਡੀ ਜ਼ਰੂਰਤ ਜ਼ਮੀਰ ਉਦੋਂ ਕਿੱਥੇ ਸੀ ਮੈਨੂੰ ਇਹਨਾਂ ਚੀਜ਼ਾਂ ਦੇ ਜਵਾਬ ਚਾਹੀਦੇ ਆ ਜਿਹੜਾ ਮੈਨੂੰ ਪਤਾ ਵੀ ਕੋਈ ਨਹੀਂ ਬੋਲੂਗਾ ਔਰ ਸਾਰਿਆਂ ਨੂੰ ਉਹ ਕੌੜੀਆਂ ਲੱਗੂਗੀਆਂ ਗੱਲਾਂ ਇਹ ਤੁਹਾਨੂੰ ਇਹ ਪਤਾ ਵੀ ਜਿਹੜਾ ਸੱਚ ਹੁੰਦਾ ਸੱਚ ਦੇ ਰਾਹ 'ਚ ਰੋੜੇ ਬਹੁਤ ਹੁੰਦੇ ਆ ਬਿਲਕੁਲ ਮੈਂ ਗਾਣਾ ਵੀ ਲਿਖਿਆ ਮੈਂ ਗਾਣਾ ਵੀ ਲਿਖਿਆ ਇਸ ਮਾਮਲੇ 'ਤੇ ਆਊਗਾ ਬਹੁਤ ਛੇਤੀ ਤਿਆਰ ਹੋ ਤੁਸੀਂ ਵੈਸੇ ਵੀ ਜੀ ਜੇ ਕੋਈ ਮੁਸ਼ਕਲ ਆਉਂਦੀ ਆ ਜਾਂ ਕੁਛ ਹੁੰਦਾ ਹੈਗਾ ਵੇਖੋ ਵੀਰੇ ਉਹ ਤਾਂ ਸਾਰਾ ਕੁਛ ਨਾ ਜਿੱਦਾਂ ਜੋ ਰੱਬ ਪਰਮਾਤਮਾ ਨੇ ਜੋ ਪਰਮਾਤਮਾ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ ਜੀ ਸੋ ਜੋ ਪਰਮਾਤਮਾ ਨੇ ਲਿਖਿਆ ਉਹੀ ਹੋਊਗਾ ਸੋ ਇਹਦੇ ਕਰਕੇ ਇਹ ਨਹੀਂ ਆ ਇਹਦੇ ਵਿੱਚ ਕਿ ਮੈਂ ਸੱਚ 'ਤੇ ਚੱਲਣਾ ਬੰਦ ਕਰੂੰਗੀ ਮੈਂ ਆਪਣਾ ਇਤਿਹਾਸ ਕੀ ਕਹਿੰਦਾ ਆ ਵੀ ਔਕੜਾਂ ਤੇ ਆਉਂਦੀਆਂ ਹੀ ਆ ਸੱਚ ਜਿਹੜਾ ਜੇ ਕੋਈ ਸੱਚ ਬੋਲਦਾ ਸੱਚ ਨਾਲ ਖੜਦਾ ਔਕੜਾਂ ਤੇ ਆਉਂਦੀਆਂ ਹੀ ਆ ਜੀ ਜੈਨੀ ਜੀ ਅਸੀਂ ਉਮੀਦ ਵੀ ਕਰਦੇ ਹਾਂ ਵੀ ਤੁਸੀਂ ਸੱਚ ਦੇ ਰਾਹ ਤੇ ਚੱਲੋ ਤੇ ਹਮੇਸ਼ਾ ਸੱਚ ਬੋਲੋ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਵੀ ਆ ਤੇ ਮੈਂ ਜਾਂਦੇ ਜਾਂਦੇ ਚਾਹੂੰਗਾ ਜਿਹੜਾ ਐਂਡ ਤੇ ਤੁਸੀਂ ਉਹ ਬੁੱਤ ਲਈ ਸ਼ੇਅਰ ਬੋਲਿਆ ਸੀ ਬੁੱਤ ਦੇ ਵੀ ਗੋਲੀ ਮਾਰ ਦਿਓ ਉਹ ਜ਼ਰੂਰ ਹੋ ਜੇ ਤੇ ਫਿਰ ਇਜਾਜ਼ਤ ਜੀ ਕਹਿੰਦੇ ਯੋਧਾ ਕਹਿ ਕੇ ਨਾ ਸਤਿਕਾਰ ਦਿਓ ਸਿੱਧੂ ਮੂਸੇਵਾਲਾ ਦਿਲਾਂ 'ਚੋਂ ਵਸਾਰ ਦਿਓ ਉਹ ਜੇ ਹਾਲੇ ਵੀ ਕਲੇਜੇ ਤੁਹਾਡੇ ਤਪਦੇ ਉਹਦੇ ਬੁੱਤ ਨੂੰ ਵੀ ਜਾ ਕੇ ਗੋਲੀ ਮਾਰ ਦਿਓ ਉਹਦੇ ਬੁੱਤ ਨੂੰ ਵੀ ਜਾ ਕੇ ਗੋਲੀ ਮਾਰ ਦਿਓ ਜੀ ਜਨੀ ਜੀ ਸਮਾਂ ਦਿੱਤਾ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ